ਜਿੰਨੇ ਤੁਹਾਡੇ ਫਾਦਰ ਪੋਲਾਈਟ ਨੇ ਨਾ, ਸਵੀਟ ਨੇ, ਉਹ ਲੱਗਦਾ ਨਹੀਂ ਐਕਚੁਅਲ 'ਚ ਕਿ ਉਹ ਪੋਲੀਟੀਸ਼ੀਅਨ ਨੇ, ਮਤਲਬ ਉਹ ਹੈ ਹੀ ਨਹੀਂ। ਮੈਂ ਕਹਿੰਦਾ ਇਕੱਲਾ ਪੋਲੀਟੀਸ਼ੀਅਨ ਨਹੀਂ ਉਹ ਮਾੜਾ ਹੁੰਦਾ, ਮੈਂ ਪੂਰਾ ਸਿਸਟਮ ਹੀ ਖਰਾਬ ਆ। ਛੋਟੇ ਛੋਟੇ ਲੈਵਲ ਤੋਂ ਸ਼ੁਰੂ ਹੋ ਜਾਂਦੇ ਆ ਆਪਾਂ, ਜਿੰਨਾ ਚਿਰ ਆਪਾਂ ਆਪ ਹੀ ਨਹੀਂ ਸੁਧਰਾਂਗੇ, ਆਪਣੇ ਆਪ ਨੂੰ ਨਹੀਂ ਠੀਕ ਕਰਦੇ, ਫਿਰ ਆਪਾਂ ਕਿਸੇ ਨੂੰ ਕਿੱਦਾਂ ਦੋਸ਼ ਦੇ ਸਕਦੇ ਭਾਜੀ। ਜਿਹੜੇ ਬੰਦੇ ਉਹਨਾਂ ਦੇ ਕਦੀ ਕਦੀ ਐਂਟੀ ਵੀ ਹੋਇਆ ਨਾ, ਉਹਨਾਂ ਲਈ ਵੀ ਆਊਟ ਆਫ ਦਾ ਵੇਵ ਜਾ ਕੇ ਜੇ ਹੈਲਪ ਕਰਨੀ ਹੋਵੇ ਉਹ ਕਰ ਦਿੰਦੇ ਆ ਕਿ ਯਾਰ ਮੈਂ ਕਰ ਦੂੰਗਾ, ਉਹ ਤਾਂ ਫੇਰ ਵੀ ਮੈਂ ਉਹਨਾਂ ਦਾ ਬੇਟਾ ਆ, ਹਨਾ। ਕਹਿੰਦੇ ਯਾਰਨ ਬੁੱਲੇ ਬਣ ਗਈ, ਹਿੱਟ ਹੋ ਗਈ ਜਦੋਂ ਪਹਿਲੀ ਆਈ ਸੀਗੀ, ਕਹਿੰਦੇ ਦੁਬਾਰਾ ਤੋਂ ਤਿਗੜੀ ਜਿਹੜੀ ਪੁਰਾਣੇ ਟਾਈਮ ਦੀ ਹੈਗੀ ਸੀਗੀ, ਯੂਵੀ ਵੀਰਾ, ਹਰੀਸ਼ ਵੀਰਾ ਅਤੇ ਆਪਣਾ ਕਰਤਾਰ ਬਾਈ ਜਿਹੜੀ ਪੁਰਾਣੀ ਟੀਮ ਸੀਗੀ, ਆ ਰਿਹਾ ਭਾਜੀ, ਉਹ ਦੁਬਾਰਾ ਟੀਮ ਇਕੱਠੀ ਹੋ ਗਈ ਨਹੀਂ ਹੋਈ? ਐਕਚੁਅਲੀ ਅਨੁਰਾਗ ਭਾਜੀ ਨਹੀਂ ਮੰਨਦੇ। ਅਨੁਰਾਗ ਭਾਜੀ ਮੰਨ ਜਾਓ ਯਾਰ, ਬਲੇਮ ਕਰ ਰਹੇ ਤੁਹਾਨੂੰ। ਔਰ ਇੱਕ ਗੱਲ ਹੋਰ ਦੱਸੀ ਮੈਂ ਦਿੱਤੀ ਬਾਰੇ, ਮੁੰਡੇ ਯੂਵੀ ਵੀਰੇ ਨੇ ਐਂਡ ਨਾਜ਼ਿਮ ਭਾਜੀ ਮੇਰੇ ਨਾਲ ਮੌਜੂਦ ਨੇ, ਅਦਿਤੀ ਜੀ ਮੌਜੂਦ ਨੇ, ਸਤਿ ਸ਼੍ਰੀ ਅਕਾਲ। ਆਲੋ ਜੀ ਪਹਿਲਾਂ ਮਾਈਕ ਫੜੋ, ਮਾਈਕ ਸਤਿ ਸ਼੍ਰੀ ਅਕਾਲ ਬੋਲੋ। ਸਤਿ ਸ਼੍ਰੀ ਅਕਾਲ ਸਾਹਿਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦੇਖੋ ਸਤਿ ਸ਼੍ਰੀ ਅਕਾਲ, ਨਮਸਤੇ, ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ। ਐਕਚੁਅਲ 'ਚ ਇਹ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਹੈ, ਕਿਉਂਕਿ ਗੁੜੀਆ ਤੋਂ ਬਾਅਦ ਮੈਨੂੰ ਇੱਦਾਂ ਲੱਗਦਾ ਕਿ ਇੱਕ ਵਰਸਟਾਈਲ ਐਕਟਰ, ਯੂਨੋ ਬੜੇ ਟਾਈਮ ਤੋਂ ਇੰਡਸਟਰੀ 'ਚ ਆਲਰੇਡੀ ਹੈਗਾ ਸੀਗਾ, ਬਟ ਉਹਦੀ ਪਰਫੋਰਮੈਂਸ ਨੇ ਹਰ ਵਾਰੀ ਇੱਕ ਵਧੀਆ ਇਨੀਸ਼ੀਏਟਿਵ, ਵਧੀਆ ਸਟੈਪ ਲਿਆ ਆ। ਐਂਡ ਗੁੜੀਆ ਤੋਂ ਬਾਅਦ ਗੁੜੀਆ ਵੀ ਇੱਕ ਵੱਖਰਾ ਸਟੈਪ ਸੀਗਾ, ਬਿਕੋਜ਼ ਹੋਰਰ ਦਾ ਸਟਾਰਟਅਪ ਤੁਸੀਂ ਕੀਤਾ ਸੀਗਾ, ਜਿਹਨੂੰ ਅਸੀਂ ਐਕਚੁਅਲ 'ਚ ਹੋਰਰ ਕਹਿ ਸਕਦੇ ਹਾਂ। ਐਂਡ ਇੱਦਾਂ ਦੀ ਫਿਲਮ, ਯੂਨੋ ਜਿੱਦਾਂ ਮੈਂ ਇੱਕ ਫਿਲਮ ਨੂੰ ਰਿਲੇਟ ਕਰਨਾ ਚਾਹੁੰਗਾ, ਬਟ ਉਹ ਐਕਚੁਅਲ 'ਚ ਹੈ ਨਹੀਂ ਓਬਵੀਅਸਲੀ, ਬਟ ਇੱਦਾਂ ਦਾ ਟੱਚ ਹੈਗਾ, ਇਹਦੇ ਲਈ ਮੁਸ਼ਕਿਲ, ਕਿਉਂਕਿ ਲਾਈਕ ਰੋਕ ਸਟਾਰ ਵਰਗੀ ਫੀਲਿੰਗ ਆ, ਹੈ ਨਾ, ਉਹ ਵੀ ਰਣਵੀਰ ਕਪੂਰ ਟਾਈਪ ਸਟੱਫ ਸੀਗਾ, ਹੈ ਨਾ। ਬਟ ਮਾਣ ਮਹਿਸੂਸ ਹੁੰਦਾ ਕਿ ਐਕਚੁਅਲ 'ਚ ਪੰਜਾਬ ਦੀ ਇੱਦਾਂ ਦੀ ਫਿਲਮ ਬਣਨ ਜਾ ਰਹੀ ਹੈ। ਇਹ ਜਿਹੜਾ ਨਵਾਂ ਯੂਨੀਕ ਜਾਂ ਨਵਾਂ ਜਿਹੜਾ ਉਹ ਲਿੱਤਾ ਜਾਂਦਾ, ਤੁਹਾਡੇ ਵੱਲ ਸਟੈਪ ਲਿੱਤਾ ਜਾਂਦਾ, ਇਹਦੀ ਪਹਿਲਾਂ ਦੱਸੋ ਕਿ ਆਪਣੇ ਆਪ 'ਚ ਕਿੰਨੀ ਖੁਸ਼ੀ ਆ? ਨਹੀਂ ਐਕਚੁਅਲੀ ਸੱਚੀ ਖੁਸ਼ੀ ਤਾਂ ਹੁੰਦੀ ਆ, ਬਟ ਉਸ ਤੋਂ ਜ਼ਿਆਦਾ ਵੀ ਥੈਂਕਫੁਲ ਹੁੰਦਾ ਮੈਂ ਉਹਨਾਂ ਪ੍ਰੋਡਿਊਸਰਸ ਦਾ, ਉਹਨਾਂ ਡਾਇਰੈਕਟਰਸ ਦਾ, ਜੋ ਸੋਚਦੇ ਆ ਕਿ ਯਾਰ ਕੁਛ ਡਿਫਰੈਂਟ ਕਰ ਲਈਏ। ਔਰ ਪ੍ਰੋਡਿਊਸਰਸ ਦਾ ਔਰ ਪ੍ਰੋਡਿਊਸਰਸ ਨੂੰ ਔਰ ਡਾਇਰੈਕਟਰਸ ਨੂੰ ਉਹਨਾਂ ਐਕਟਰਸ ਦਾ ਥੈਂਕਫੁਲ ਹੋਣਾ ਚਾਹੀਦਾ ਜਿਹੜੇ ਓਕੇ ਕਰ ਦਿੰਦੇ ਆ। ਯੈਸ, ਹਰ ਕੋਈ ਓਕੇ ਵੀ ਨਹੀਂ ਕਰਦਾ, ਕਿਉਂਕਿ ਸਾਰੇ ਕਹਿੰਦੇ ਜਿਹੜੀ ਲੀਕ ਤੇ ਤੁਰੇ ਹੋਏ ਆ, ਜਿੱਥੋਂ ਸਾਨੂੰ ਪੈਸੇ ਆਉਂਦੇ ਪਏ ਆ, ਜਿੱਥੋਂ ਸਾਨੂੰ ਪਤਾ 2 ਕਰੋੜ ਲਾ ਕੇ 6 ਕਰੋੜ ਆ ਜਾਣਾ, ਉਹੀ ਕਰਦੇ ਆ। ਐਂਡ ਇਹਦੇ 'ਚ ਇੱਕ ਚੀਜ਼ ਹੋਰ ਮੈਂ ਐਡ ਆਨ ਕਰਨੀ ਚਾਹੁੰਗਾ, ਓਕੇ ਹੁੰਦਾ ਕਾਮੇਡੀ ਫਿਲਮਸ ਨੂੰ, ਯੂਨੋ ਜਦੋਂ ਸਕ੍ਰਿਪਟ ਚੇਂਜ ਹੋਵੇ, ਵਿਜ਼ਨ ਅਲੱਗ ਹੋਵੇ, ਤਾਂ ਸੋਚ ਸਮਝ ਕੇ ਹਾਂ ਕੀਤੀ ਜਾਂਦੀ ਆ। ਬਿਲਕੁਲ ਹਾਂ, ਬਟ ਥੈਂਕਫੁਲੀ ਐਕਚੁਅਲੀ ਇੱਕ ਹੋਰ ਗੱਲ ਆ ਕਿ ਮੈਂ ਖੁਦ ਨੂੰ ਲੱਕੀ ਫੀਲ ਕਰਦਾ ਕਿ ਮੇਰੇ ਕੋਲ ਆ ਰਹੀਆਂ ਇਹ ਇੱਦਾਂ ਦੀਆਂ ਓਪਰਚੁਨਿਟੀਜ਼ ਆ ਰਹੀਆਂ ਕਿ ਮੈਨੂੰ ਨਾ ਕਰਨ ਦਾ ਮੌਕਾ ਹੀ ਨਾ ਮਿਲੇ। ਐਂਡ ਜਦੋਂ ਸੱਤਿਆ ਸਰ ਨੇ ਮੈਨੂੰ, ਸੱਤਿਆਜੀਤ ਪੁਰੀ ਸਰ ਸਾਡੇ ਡਾਇਰੈਕਟਰ ਸਾਹਿਬ ਨੇ, ਉਹਨਾਂ ਨੇ ਜਦੋਂ ਕਹਾਣੀ ਸੁਣਾਈ ਸੀਗੀ, ਫਿਰ ਮੈਨੂੰ ਲੱਗਾ ਕਿ ਉਹਨਾਂ ਨੇ ਮੇਰਾ ਸਭ ਤੋਂ ਪਹਿਲਾਂ ਉਹਨਾਂ ਨੇ ਕੈਰੈਕਟਰ ਹੀ ਸਮਝਾਇਆ ਸੀ ਕੀ ਸ਼ੇਡਸ ਨੇ ਉਹਦੇ ਕੈਰੈਕਟਰ ਦੇ, ਇਨੋਸੈਂਸ ਵੀ ਆ ਉਸ 'ਚ, ਉਸ 'ਚ ਐਗਰੈਸ਼ਨ ਵੀ ਆ, ਆਰਟਿਸਟ ਤਾਂ ਹੈਗਾ ਹੀ ਹੈਗਾ ਉਹ, ਫਿਰ ਉਹਨਾਂ ਧੱਕਾ ਹੁੰਦਾ, ਉਹ ਉਸ ਧੱਕੇ ਦਾ ਬਦਲਾ ਲੈ ਪਾਉਂਦਾ ਨਹੀਂ ਲੈਂਦਾ, ਉਹ ਸਾਰੀ ਸਟੋਰੀ ਸੀਗੀ। ਮੈਨੂੰ ਲੱਗਿਆ ਸ਼ਾਇਦ ਅਖੀਰ 'ਚ ਕੁਛ ਨਾ ਕੁਛ ਰਿਵੀਲ ਕਰ ਦੋ, ਬਟ ਨਹੀਂ ਹੋਗਾ, ਉਹੀ ਤਾਂ ਸਟੋਰੀ ਆ, ਕਿਉਂਕਿ ਉਹ ਕੁੜੀ ਵੀ ਕਹਿੰਦੀ ਆ ਨਾ ਪਿਕਚਰ ਤੋਂ ਵੀ ਸ਼ੁਰੂ ਹੋਈ ਆ, ਕਹਿੰਦੀ ਆ ਐਕਚੁਅਲ ਜੀ ਟ੍ਰੇਲਰ 'ਚ ਜਿਹੜੀ ਚੀਜ਼ ਹਾਈਲਾਈਟ ਕੀਤੀ ਗਈ ਨਾ ਕਿ ਪਿਕਚਰ ਤੋਂ ਵੀ ਸ਼ੁਰੂ ਹੋਈ ਹੈ, ਆਈ ਥਿੰਕ ਉਹ ਚੀਜ਼ ਅਸੀਂ ਵੀ ਰਿਲੇਟ ਕਰ ਪਾ ਰਹੇ ਹਾਂ ਕਿ ਯਾਰ ਫਿਲਮ ਤਾਂ ਹਜੇ ਸ਼ੁਰੂ ਹੋਈ ਹੈ, ਜ਼ਰੂਰ ਦੇਖੋ ਕਿ ਅੱਗੇ ਹੁੰਦਾ ਕੀ ਹੈ, ਉਸ ਚੀਜ਼ ਤੋਂ ਪਹਿਲਾਂ ਟ੍ਰੇਲਰ ਖਤਮ ਹੋ ਜਾਂਦਾ ਹੈ। ਐਂਡ ਅਦਿਤੀ ਜੀ, ਹਾਂਜੀ, ਬਹੁਤ ਚੰਗਾ ਲੱਗਦਾ ਜਦੋਂ ਕਿਸੇ ਫੀਮੇਲ ਲੀਡ ਵੱਲੋਂ ਇੱਕ ਚੰਗੀ ਸਕ੍ਰਿਪਟ ਦਾ ਪਾਰਟ ਉਹਨੂੰ ਚੂਜ਼ ਕੀਤਾ ਜਾਂਦਾ ਆ, ਯੂਨੋ ਇੱਕ ਰੌਕ ਸਟਾਰ ਵਰਗੀ ਫੀਲਿੰਗ ਆ ਐਕਚੁਅਲ 'ਚ, ਹਰ ਕੋਈ ਰੌਕ ਸਟਾਰ ਆ, ਇਕੱਲਾ ਮੇਲ ਨਹੀਂ, ਹਰ ਕੋਈ ਰੌਕ ਸਟਾਰ ਆ ਇਹ ਫਿਲਮ ਦੇ ਨਾਲ ਜੁੜ ਕੇ। ਹੁਣ ਕਿਵੇਂ ਦੀ ਫੀਲਿੰਗ ਆ ਇਹ ਵਾਲੀ ਐਕਚੁਅਲ 'ਚ, ਜਿੱਦਾਂ ਯੂਨੋ ਇੱਕ ਕਹਿੰਦੇ ਨੇ ਨਾ ਕਿ ਹਾਂ ਤੁਸੀਂ, ਤੁਹਾਡਾ ਵਿਜ਼ਨ ਅਲੱਗ ਆ,
ਸਿਲੈਕਸ਼ਨ ਅਲੱਗ ਆ ਕਿਉਂਕਿ ਤੁਸੀਂ ਹੈ ਨਾ ਸਕ੍ਰਿਪਟ ਚੂਜ਼ ਕੀਤੀ ਐਂਡ ਓਬਵੀਅਸਲੀ ਜਦੋਂ ਉਹ ਚੀਜ਼ ਨਿਕਲ ਕੇ ਆਈ ਟ੍ਰੇਲਰ ਦੇ ਰੂਪ ਸਾਹਮਣੇ ਤਾਂ ਆਈ ਥਿੰਕ ਕੁਛ ਡਿਫਰੈਂਟ ਲੱਗਿਆ, ਆਈ ਥਿੰਕ ਇੱਦਾਂ ਡਿਫਰੈਂਟ ਲੱਗਿਆ ਜੋ ਕਿ ਪਹਿਲਾਂ ਨਹੀਂ ਦੇਖਿਆ। ਐਕਚੁਅਲੀ ਗੱਲ ਤੁਹਾਡੀ ਬਹੁਤ ਸਹੀ ਆ ਕਿ ਬਹੁਤ ਡਿਫਰੈਂਟ ਆ, ਤੇ ਮੈਂ ਆਪਣੇ ਆਪ ਨੂੰ ਵੀ ਲੱਕੀ ਬਹੁਤ ਫੀਲ ਕਰਦੀ ਹਾਂ ਕਿ ਇੱਕ ਤਾਂ ਮੈਨੂੰ ਮੌਕਾ ਮਿਲਿਆ ਇੰਨੇ ਵੱਡੇ ਸਟਾਰਸ ਨਾਲ ਕੰਮ ਕਰਨ ਦਾ, ਦੂਜੀ ਅਮੇਜ਼ਿੰਗ ਕਰੂ ਸੀਗਾ, ਤੇ ਤੀਜੀ ਜਿਹੜੀ ਸਕ੍ਰਿਪਟ ਹੈ ਉਹ ਬਹੁਤ ਹੀ ਬਾ ਕਮਾਲ ਹੈ। ਮਤਲਬ ਐਕਚੁਅਲੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਬਹੁਤ ਵੱਖਰੀ ਆ, ਇਹੋ ਜਿਹੀ ਫਿਲਮਾਂ ਪੰਜਾਬ 'ਚ ਨਹੀਂ ਬਣਦੀਆਂ। ਅਸੀਂ ਫੋਕਸ ਕਰਦੇ ਹਾਂ ਕਾਮੇਡੀ 'ਤੇ ਜਾਂ ਫਿਰ ਕੋਈ ਹੋਰ ਜੋਨਰ 'ਤੇ, ਇਹ ਕਾਮੇਡੀ ਵੀ ਹੈ, ਰੋਮ ਕੌਮ ਵੀ ਹੈ, ਸਾਰਾ ਕੁਛ ਹੈ, ਇਹਦੇ ਵਿੱਚ ਐਕਸ਼ਨ ਹੈਗਾ, ਸਭ ਕੁਛ ਬਹੁਤ ਯੂਨੀਕ ਹੈ। ਅਤੇ ਯਾਰ ਬਹੁਤ ਚੰਗੀ ਗੱਲ ਹੈ ਕਿ ਇਹੋ ਜਿਹੀਆਂ ਸਕ੍ਰਿਪਟਾਂ ਮੈਨੂੰ ਮਿਲ ਰਹੀਆਂ, ਇਟਸ ਵੈਰੀ ਨਾਈਸ। ਐਂਡ ਮੈਂ ਡਾਇਰੈਕਟਰਸ ਅਤੇ ਮੇਕਰਸ ਦਾ ਬਹੁਤ ਥੈਂਕਫੁਲ ਹਾਂ ਕਿ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਅਤੇ ਇਸ ਰੋਲ ਕਾਬਿਲ ਸਮਝਿਆ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਵੀ ਕਿਸੇ ਆਰਟਿਸਟ ਵੱਲੋਂ ਨਾ ਯੁਵਰਾਜੇ, ਚਲੋ ਤੁਸੀਂ ਤਾਂ ਪਹਿਲੇ ਪੁਰਾਣੇ ਹੋ ਹੈ ਨਾ ਕਾਫੀ, ਬਟ ਜਿਹੜੇ ਲੋਕ ਨਵੇਂ ਆ ਰਹੇ ਨੇ ਭਾਵੇਂ ਫੀਮੇਲਸ ਹੋਣ ਭਾਵੇਂ ਮੇਲਸ ਹੋਣ, ਬੜਾ ਵਧੀਆ ਲੱਗਦਾ ਹੈ ਕਿ ਐਟਲੀਸਟ ਉਹ ਟਾਈਮ ਚੇਂਜ ਜਿੱਦਾਂ ਦਾ ਹੋ ਰਿਹਾ, ਸਕ੍ਰਿਪਟ ਚੇਂਜ ਨੂੰ ਲੈ ਕੇ ਉਸ ਫਿਲਮ ਦਾ ਹਿੱਸਾ ਬਣ ਰਹੇ ਨੇ, ਸੋ ਦੈਟ ਉਹਨਾਂ ਦੀ ਜਿਹੜੀ ਜਰਨੀ ਆ ਉਹ ਹੋਰ ਜ਼ਿਆਦਾ ਅਟਰੈਕਟਿਵ ਹੋ ਪਾਉਂਦੀ ਹੈ ਉਹਨਾਂ ਦਾ ਯੂਨੋ ਗ੍ਰਾਫ ਦੇ ਨਾਲ, ਬਿਕੋਜ਼ ਹਰ ਕੋਈ ਆਪਣੇ ਕੰਮ ਦੇ ਨਾਂ ਤੋਂ ਜਾਣਿਆ ਜਾਂਦਾ। ਤਾਂ ਮੈਨੂੰ ਖੁਸ਼ੀ ਹੈ ਕਿ ਤੁਹਾਡੇ ਜ਼ਿੰਦਗੀ 'ਚ ਇਹੋ ਜਿਹਾ ਕੰਮ ਹਿੱਸਾ ਹੈ ਜਿਹਨੂੰ ਤੁਸੀਂ ਐਕਚੁਅਲ 'ਚ ਕੰਮ ਕਹੋਗੇ, ਬਟ ਇਹ ਵੀ ਕਹੋਗੇ ਕਿ ਹਾਂ ਉਹ ਚੀਜ਼ ਚੇਂਜ ਹੋਈ ਸੀਗੀ ਇੰਡਸਟਰੀ 'ਚ, ਉਹ ਵੀ ਇੱਕ ਮੇਰੇ ਵਾਸਤੇ ਜ਼ਰੂਰ ਪ੍ਰਾਊਡ ਵਾਲੀ ਗੱਲ। ਮੈਂ ਹਰ ਕਦੇ ਇਹੀ ਕਹਿ ਕੇ ਆਉਂਦੀ ਹਾਂ ਕਿ ਜਿਹੜੀ ਸਾਡੀ ਪੰਜਾਬੀ ਇੰਡਸਟਰੀ ਹੈ, ਗਰੋਇੰਗ ਇੰਡਸਟਰੀ ਹੈ, ਅਸੀਂ ਬਹੁਤ ਕੁਝ ਲਰਨ ਕਰ ਰਹੇ ਹਾਂ ਅਤੇ ਬਹੁਤ ਨਵੀਂ ਚੀਜ਼ਾਂ ਲੈ ਕੇ ਆ ਰਹੇ ਹਾਂ, ਅਤੇ ਮੈਂ ਇਹੀ ਉਮੀਦ ਕਰੂੰਗੀ ਕਿ ਹੁਣ ਜਿੱਦਾਂ ਆਪਾਂ ਚੀਜ਼ਾਂ ਲੈ ਕੇ ਆ ਰਹੇ ਹਾਂ ਅੱਗੇ ਵੀ ਇੱਦਾਂ ਹੀ ਲੈ ਕੇ ਆਈਏ। ਯੈਸ ਯੈਸ, ਤੁਹਾਡੀ ਅੱਖਾਂ ਬੜੀ ਸੋਹਣੀਆਂ ਨੇ। ਥੈਂਕ ਯੂ। ਅਕਸਰ ਕੁੜੀਆਂ ਦੀਆਂ ਉਹ ਦੇਖੋ ਹੈਨਾ ਯਾਰ, ਤੁਸੀਂ ਦੇਖਿਆ ਹੀ ਨਹੀਂ ਯਾਰ, ਮੈਂ ਪੂਰੀ ਫਿਲਮ ਲੰਘੀ ਨਾ, ਮੇਰੀ ਅੱਖਾਂ ਨਹੀਂ ਦੇਖੀਆਂ, ਅੱਖਾਂ ਨਹੀਂ ਦੇਖੀਆਂ। ਆ ਦੇਖੋ ਮੇਰੀ 5 ਮਿੰਟਾਂ ਇੰਨਾ ਕਿਆ ਪੈ ਗਈ ਕੁਵਾਰਾ, ਡੂ ਯੂ ਹੈਵ ਅ ਗਰਲਫ੍ਰੈਂਡ? ਨਹੀਂ। ਓ ਗਾਇਸ, ਡੂ ਯੂ ਹੈਵ ਅ ਗਰਲਫ੍ਰੈਂਡ? ਨਹੀਂ। ਆਰ ਯੂ ਕਮਿਟਡ? ਯੂ ਆਰ ਸਿੰਗਲ? ਯੈਸ। ਤਾਂ ਹੀ ਸੋਹਣੀਆਂ ਲੱਗੀਆਂ। ਹੁਣ ਦਮਨ ਦੀ ਮਾਈਕ ਦਿਓ, ਮੈਨੂੰ ਪਤਾ ਲੱਗ ਗਿਆ ਕਿਉਂ ਨਹੀਂ ਤੁਹਾਨੂੰ ਸਹੀ ਲੱਗੀ, ਕਿਉਂਕਿ ਮਾਨਸੀ ਜੀ ਦੇ ਡਰ ਤੋਂ। ਸਰ ਮੈਂ ਆਪਣੀ ਅੱਖਾਂ ਥੋੜੀ ਕਢਾਉਣੀਆਂ। ਕਹਿੰਦੇ ਮੇਰੇ ਨੇ ਤਾਂ 10 ਮਿੰਟ ਸਾਰੀ ਅੱਖਾਂ ਦੇਖ ਲਈਆਂ, ਕਿੰਨੀਆਂ ਇਹਨਾਂ ਨੇ ਅੱਖਾਂ ਸਿੱਖੇ ਨੇ ਕਿਸੇ ਨੇ ਨਹੀਂ ਸਿੱਖੀਆਂ। ਬਟ ਨਾਜ਼ਿਮ ਮੇਰੇ, ਅੱਜ ਕੱਲ੍ਹ ਨਾ ਇੱਦਾਂ ਹੋਇਆ ਕਿ ਸੀਰੀਅਲ 'ਚੋਂ ਨਿਕਲ ਕੇ ਜਿਹੜਾ ਵੀ ਆਰਟਿਸਟ ਕੰਮ ਕਰਦਾ ਨਾ, ਉਹਨੂੰ ਕਿਤੇ ਨਾ ਕਿਤੇ ਕੰਮ ਨਹੀਂ ਮਿਲਦਾ, ਜਾਂ ਤਾਂ ਫਿਰ ਉਹ ਨੈਗੇਟਿਵਿਟੀ ਦਾ ਸਾਹਮਣਾ ਕਰਨਾ ਪੈਂਦਾ ਜਾਂ ਕਾਇੰਡ ਆਫ ਨੈਪੋਟਿਜ਼ਮ ਦਾ ਸਾਹਮਣਾ ਕਰਨਾ ਪੈਂਦਾ। ਓਨੈਸਟਲੀ ਇਹ ਤੁਸੀਂ ਮੇਰੇ ਨਾਲ ਬਿਹਤਰ ਚੀਜ਼ ਫੀਲ ਕਰ ਸਕਦੇ ਹੋ। ਓਬਵੀਅਸਲੀ ਸੀਰੀਅਲ 'ਚੋਂ ਨਿਕਲ ਕੇ ਕਈ ਆਰਟਿਸਟ ਐਕਟਰ ਵੀ ਬਣੇ ਨੇ, ਬਟ 60% ਇਹ ਸੁਣਨ 'ਚ ਆਉਂਦਾ ਵੀ ਹਾਂ ਕਿਤੇ ਨਾ ਕਿਤੇ ਯਾਰ ਉਹ ਤਾਂ ਸੀਰੀਅਲ ਵਾਲਾ ਆਰਟਿਸਟ ਆ, ਵੀ ਨਹੀਂ ਉਹਨੂੰ ਨਹੀਂ ਲੈਣਾ, ਜਾਂ ਕਾਇੰਡ ਆਫ ਜਿੰਨਾ ਸਾਡੀ ਇੰਡਸਟਰੀ 'ਚੋਂ ਅਸੀਂ ਸੁਣਿਆ ਆ, ਭਾਵੇਂ ਬਾਹਰਲੀ ਭਾਵੇਂ ਇੱਧਰ ਦੀ। ਬਟ ਬੀਇੰਗ ਪੰਜਾਬੀ ਸਿਨੇਮਾ ਦਾ ਪਾਰਟ ਹੋਣ ਦੇ ਨਾਤੇ ਮੈਨੂੰ ਇਹ ਚੀਜ਼ ਖੁਸ਼ੀ ਲੱਗੀ ਕਿ ਐਟਲੀਸਟ ਤੁਹਾਡੀ ਐਂਟਰੀ ਦੇ ਨਾਲ ਨਾ ਕਿੰਨੇ ਸਾਰੇ ਲੋਕਾਂ ਦੀ ਹੋਪ ਜਿਹੜੀ ਹੈਗੀ ਹੋਰ ਜੁੜ ਗਈ ਹੈ, ਕਿ ਬੇਸ਼ੱਕ ਉਹ ਸੀਰੀਅਲਸ 'ਚ ਕੰਮ ਕਰ ਰਹੇ ਨੇ ਭਾਵੇਂ ਪੰਜਾਬ ਦਾ ਹੋਵੇ ਭਾਵੇਂ ਬਾਹਰ ਦਾ ਹੋਵੇ, ਇਸ ਚੀਜ਼ ਦਾ ਕਿੰਨਾ ਕੁ ਤੁਹਾਨੂੰ ਫੀਲ ਹੈਗਾ ਕਿ ਐਟਲੀਸਟ ਜਿਵੇਂ ਮੈਂ ਕਿਹਾ ਆ ਕਿ ਸਕ੍ਰਿਪਟ, ਓਬਵੀਅਸਲੀ ਹਰ ਤੁਹਾਡੇ ਨਾਲ ਵੀ ਇਹੀ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਾਂ ਕਿ ਸਕ੍ਰਿਪਟ ਵੀ ਚੰਗੀ ਆ ਐਂਡ ਤੁਹਾਡੇ ਵੱਲੋਂ ਸ਼ਿਫਟ ਵੀ ਹੈਗਾ ਇੱਕ ਤਰ੍ਹਾਂ ਦਾ। ਪਹਿਲਾਂ ਨੈਪੋਟਿਜ਼ਮ, ਹਾਂ ਆਈ ਥਿੰਕ ਮੈਨੂੰ ਲੱਗਦਾ ਨੈਪੋਟਿਜ਼ਮ ਹੁੰਦਾ ਹੀ ਨਹੀਂ ਯਾਰ। ਓਕੇ, ਅਕਸ਼ੇ ਕੁਮਾਰ ਕਿੱਥੋਂ ਆਇਆ, ਸ਼ਾਹਰੁਖ ਖਾਨ ਕਿੱਥੋਂ ਬਣਿਆ, ਅਮਿਤਾਭ ਬੱਚਨ ਕਿੱਥੋਂ ਬਣਿਆ, ਤੇ ਜਿੰਨੇ ਵੀ ਸੀਗੇ ਜਦੋਂ ਲੋਕ ਬਣੇ ਨੇ ਨਾ ਉਦੋਂ ਆਈ ਥਿੰਕ ਇਹ ਚੀਜ਼ ਨਹੀਂ, ਇਹ ਆਪਾਂ ਨੂੰ ਹੁਣ ਪਤਾ ਲੱਗਿਆ ਨਾ ਨੈਪੋਟਿਜ਼ਮ ਤਾਂ ਸ਼ੁਰੂ ਤੋਂ ਹੀ ਹੈ। ਹਾਂ ਦੇਖੋ ਅੱਜ ਯੁਵਰਾਜ ਵੀਰ ਹੈ ਨਾ, ਜਿਮ ਹੁਣ ਇਹਨਾਂ ਦੇ ਫਾਦਰ ਸੀਗੇ, ਉਹ ਲੈਜੈਂਡ ਸਿੰਗਰ ਨੇ, ਉਹਨਾਂ ਨਾਮ ਕਦੇ ਮਿਲਣਾ ਤੇ ਵੀ ਆਉਣ ਵਾਲੀ ਜਨਰੇਸ਼ਨ ਹੀ ਭੁੱਲੂਗੀ ਨਹੀਂ, ਜੱਜ ਵੀ ਕਿਸੇ ਨੂੰ ਪੁੱਛਾਂਗੇ, ਅਤੇ ਉਹਨਾਂ ਨੇ ਕਦੇ ਚਾਹੇ ਨਹੀਂ ਹੋਊਗਾ ਕਿ ਸਾਡਾ ਬੇਟਾ ਜਿਹੜਾ ਸਿੰਗਰ ਨਾ ਬਣੇ, ਉਹ ਵੀ ਚਾਹੁੰਦੇ ਹੋਣ ਕਿ ਸਿੰਗਰ ਬਣੇ, ਅਤੇ ਵੀਰ ਨੇ ਆਪਣੀ ਮਿਹਨਤ ਕੀਤੀ ਸਿੰਗਰ ਬਣ ਗਿਆ, ਇੱਕ ਡਾਕਟਰ ਦਾ ਬੇਟਾ ਚਾਹੁੰਦਾ, ਇੱਕ ਡਾਕਟਰ ਚਾਹੁੰਦੇ ਮੇਰਾ ਬੇਟਾ ਡਾਕਟਰ ਬਣੇ, ਹੈ ਨਾ। ਅਤੇ ਮੇਰੇ ਵੀ ਕੱਲ੍ਹ ਨੂੰ ਜੋ ਮੈਂ ਵੀ ਹੁਣ ਕੱਲ੍ਹ ਨੂੰ ਵਿਆਹ ਕਰੂੰਗਾ ਅਤੇ ਮੇਰੀ ਜਨਰੇਸ਼ਨ ਹੋਊਗੀ, ਜੇ ਉਹ ਕੱਲ੍ਹ ਨੂੰ ਐਕਟਰ ਬਣਨਾ ਚਾਹੁੰਦੇ ਨੇ, ਡੈਫੀਨੇਟਲੀ ਮੈਂ ਉਹਨਾਂ ਦੀ ਹੈਲਪ ਕਰੂੰਗਾ। ਨੈਪੋਟਿਜ਼ਮ ਯਾਰ ਹੋ ਨਹੀਂ ਸਕਦਾ ਮੈਨੂੰ ਲੱਗਦਾ ਇੱਦਾਂ,
ਬਟ ਕਿਉਂਕਿ ਜਿੰਨਾ ਕੁ ਮੈਨੇ ਆਪਣੇ ਗੁਰੂਆਂ ਤੋਂ ਸਿੱਖਿਆ ਜਾਂ ਮੈਨੇ ਆਪਣੇ ਉਸਤਾਦਾਂ ਤੋਂ ਸਿੱਖਿਆ, ਮੈਨੂੰ ਇੰਨਾ ਕੁ ਪਤਾ ਕਿ ਤੁਸੀਂ ਆਪਣਾ ਹਾਰਡ ਵਰਕ ਕਰੋ, ਬਿਲੀਵ ਔਨ ਯੋਰ ਗੋਡ, ਦੈਟਸ ਇਟ। ਇਨਸਾਨ ਦੀ ਤਾਕਤ ਨਹੀਂ ਹੈ ਕਿ ਤੁਹਾਨੂੰ ਬਣਾਉਣ ਵਾਲੀ, ਜੇ ਤੁਹਾਨੂੰ ਤੁਹਾਡੇ 'ਚੋਂ ਕਾਬਲੀਅਤ ਹੈਗੀ ਹੈ ਜਾਂ ਤੁਹਾਡੇ 'ਚੋਂ ਹਿੰਮਤ ਹੈਗੀ ਹੈ, ਉਹ ਤੁਹਾਨੂੰ ਰੋਕੂਗੀ ਨਹੀਂ, ਤੁਸੀਂ ਕਦੇ ਨਾ ਕਦੇ ਉਸਦੇ ਸਾਹਮਣੇ ਆ ਜਾਓਗੇ। ਕਹਿੰਦੇ ਪੂਰੀ ਕਾਇਨਾਤ ਪਿੱਛੇ ਲੱਗ ਜਾਂਦੀ ਹੈ ਬੰਦੇ ਨੂੰ ਬਣਾਉਣ ਵਾਸਤੇ। ਆਪਣਾ ਕਿੰਨਾ ਤੁਹਾਡਾ ਸਟਰਗਲ ਰਿਹਾ? ਮੇਰਾ ਬਹੁਤ ਸਟਰਗਲ ਰਿਹਾ ਯਾਰ, ਐਕਚੁਲੀ ਮੇਰਾ ਡੇ ਵਨ ਤੋਂ ਹੀ ਸੀਗਾ ਕਿ ਮੈਂ ਜਦ ਮਲੇਕ ਕੋਲੇ ਸੀਗਾ ਬਾਡੀ ਬਿਲਡਿੰਗ ਕਰਦਾ ਸੀਗਾ, ਅਤੇ ਮੇਰੇ ਦੋ ਕਜ਼ਨ ਸੀਗੇ ਜੋ ਟੀ ਵੀ 'ਚ ਕੰਮ ਕਰਦੇ ਸੀਗੇ, ਕਾਫੀ ਨੋਨ ਨੇ ਉਹ ਵੀ, ਅਤੇ ਕਿਤੇ ਮੈਂ ਗਰਾਊਂਡ 'ਚ ਰਨਿੰਗ ਕਰ ਰਿਹਾ ਸੀਗਾ, ਅਤੇ ਮੇਰੇ ਪਿੱਛੇ ਇੱਕ ਟ੍ਰੇਨਰ ਸੀਗੇ, ਉਹਨੂੰ ਕਾਫੀ ਪੁਰਾਣੇ ਸੀਗੇ, ਉਹਨੂੰ ਪਤਾ ਸੀਗਾ ਟੈਕਸੀ ਦਾ, ਅਤੇ ਉਦੋਂ ਮੈਂ ਮਿਸਟਰ ਸੰਗਰੂਰ ਬਣਿਆ, ਡਿਸਟ੍ਰਿਕਟ ਚੈਂਪੀਅਨ ਬਣਿਆ ਸੀਗਾ। ਸੋ ਹੀ ਸੇਇੰਗ ਕਿ ਯਾਰ ਨਾਜ਼ਿਮ ਵਾਟ ਨੈਕਸਟ, ਅਤੇ ਮੈਂ ਉਦੋਂ ਹੀ ਡਿਸਾਈਡ ਕਰ ਲਿਆ ਕਿ ਮੈਂ ਜੀ ਹੁਣ ਮਲੇ ਇੱਥੋਂ ਚੰਡੀਗੜ੍ਹ ਜਾਊਂਗਾ, ਚੰਡੀਗੜ੍ਹ ਜਾ ਕੇ ਮੈਂ ਪੰਜਾਬੀ ਗਾਣੇ ਕਰੂੰਗਾ, ਮਾਡਲਿੰਗ ਕਰੂੰਗਾ, ਉਸ ਤੋਂ ਬਾਅਦ ਮੈਂ ਬੰਬੇ ਜਾਊਂਗਾ ਅਤੇ ਸਟਾਰ ਪਲੱਸ ਦੇ ਵਿੱਚ ਟੀ ਵੀ 'ਚ ਕੰਮ ਕਰੂੰਗਾ। ਕਿਆ ਬਾਤ ਹੈ! ਬਟ ਇਸ ਚੀਜ਼ ਨੂੰ ਮੈਂ ਕਦੇ ਵੀ ਇਸ ਚੀਜ਼ ਨੂੰ ਡਿਨਾਈ ਨਹੀਂ ਕਰਦਾ ਕਿ ਸਾਨੂੰ ਹਮੇਸ਼ਾ ਫੇਲੀਅਰ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਯੈਸ, ਬਿਕੋਜ਼ ਇਹ ਬਹੁਤ ਛੋਟੀ ਚੀਜ਼ਾਂ ਨੇ ਸਾਡੇ ਲਈ ਕਿ ਅੱਜ ਅਸੀਂ ਸਾਈਨ ਕਰਤਾ ਸ਼ੋ, ਪੈਸੇ ਸਭ ਕੁਝ ਫਾਈਨਲ ਹੋ ਜਾਂਦਾ, ਆਫਟਰ ਸਮ ਟਾਈਮ ਜਾਂ ਦੋ ਚਾਰ ਦਿਨ ਬਾਅਦ ਜਾਂ ਵਿਦ ਇਨ ਵੀਕ ਪਤਾ ਚੱਲਦਾ ਕਿ ਕਿਸੇ ਹੋਰ ਨੂੰ ਲੈ ਲਿਆ। ਇਹਦੀ ਬੜੀ ਡੂੰਗੀ ਸੱਟ ਵੱਜਦੀ ਹੈ ਦਿਲ ਤੇ, ਹੈਨਾ? ਇਹ ਚੀਜ਼ ਮੇਰੇ ਸਾਥੀਆਂ 'ਚ ਮੇਰੇ ਨਾਲ ਹੋਈ ਹੈ। ਕੀ ਬਾਤ ਹੈ! ਜੋ ਸਾਥੀਆਂ ਮੈਨੂੰ ਮਿਲਿਆ ਸੀਗਾ, ਮੈਂ ਆਡੀਸ਼ਨ ਦਿੱਤਾ, ਆਡੀਸ਼ਨ ਤੋਂ ਬਾਅਦ ਲੁੱਕ ਟੈਸਟ ਹੋਇਆ, ਲੁੱਕ ਟੈਸਟ ਤੋਂ ਬਾਅਦ ਐਗਰੀਮੈਂਟ ਸਾਈਨ ਕਰ ਲਿਆ, ਐਗਰੀਮੈਂਟ ਨਹੀਂ ਸਾਈਨ ਕੀਤਾ ਸੀਗਾ, ਪੈਸੇ ਦੀ ਗੱਲ ਹੋ ਗਈ ਸਾਰੀ, ਅਤੇ ਮੈਂ ਘਰ ਦੱਸਦਾ ਵੀ ਸਾਰੀ ਸ਼ੋਅ ਮਿਲ ਗਿਆ ਮੈਨੂੰ ਬਸ ਹੁਣ ਵੀ ਸਾਈਨ ਕਰਨਾ ਮੈਨੇ ਕੱਲ੍ਹ ਨੂੰ ਜਾ ਕੇ। ਉਹ ਦੋ ਦਿਨ ਹੋ ਗਏ, ਤਿੰਨ ਦਿਨ ਹੋ ਗਏ, ਚਾਰ ਦਿਨ, ਪੰਜ ਦਿਨ, ਦਸ ਦਿਨ ਬਾਅਦ, ਦਸ ਦਿਨ ਬਾਅਦ ਮੈਂ ਖੁਦ ਫੋਨ ਕੀਤਾ, ਬਾਕੀ ਤੈਨਾ ਕਹਿੰਦੇ ਵੀ ਸਾਰਾ ਵੀ ਖੁਦ ਫੋਨ ਕਰ ਰਿਹਾ, ਇਹਨੂੰ ਹੋਰ ਪੈਸੇ ਘਟਾਓ। ਉਸ ਟਾਈਮ ਸਾਨੂੰ 5,000 ਮਿਲਦਾ ਸੀ ਪਰ ਡੇ, 5,000 ਸੀਗਾ ਮੇਰੇ, ਜਦ ਕਿ ਉਸ ਤੋਂ ਪਹਿਲਾਂ ਮੈਨੇ ਸ਼ੋਅ ਕਰ ਲਿਆ ਸੀਗਾ ਸ਼ੌਰਿਆ ਸਵਾਨੀ, ਉਹ 'ਚ ਮੈਨੂੰ ਵਧੀਆ ਪਰ ਡੇ ਮਿਲਦਾ ਸੀਗਾ। ਅਤੇ ਜਦੋਂ ਕੀਤਾ ਕਿ ਫੋਨ ਨਹੀਂ ਆ, ਮੈਂ ਪੁੱਛਿਆ ਕਿ ਯਾਰ ਸ਼ੋਅ, ਕਹਿੰਦੇ ਭਾਈ ਉਹ ਤਾਂ ਕਿਸੇ ਹੋਰ ਕੋ ਸਾਈਨ ਕਰ ਲਿਆ, ਅਰਮਾਨ ਟੁੱਟਿਆ ਕਿ ਸਾਰੇ। ਉਸ ਤੋਂ ਬਾਅਦ ਆਪਾਂ ਫਿਰ ਇਹ ਇੰਡਸਟਰੀ ਇਸ ਤਰ੍ਹਾਂ ਦੀ ਹੈ ਕਿ ਤੁਹਾਨੂੰ ਰੁਕਣ ਨਹੀਂ ਆਉਂਦੀ, ਉਹ ਤੁਹਾਡੇ 'ਤੇ ਡਿਪੈਂਡ ਕਰਦਾ, ਤੁਸੀਂ ਉਸ ਚੀਜ਼ ਨੂੰ ਕਿੰਨਾ ਪੋਜ਼ਿਟਿਵ ਲੈਂਦੇ ਹੋ, ਕਿੰਨਾ ਮਤਲਬ ਪੈਸ਼ਨੇਟ ਹੋ ਕੇ ਕੰਮ ਦੇ ਉੱਪਰ ਜਾਂ ਫਿਰ ਫੋਕਸ ਹੁੰਦੇ ਹੋ। ਅਤੇ ਉਹ ਹੋ ਗਿਆ, ਉਸ ਤੋਂ ਬਾਅਦ ਮੈਂ ਬਿਜ਼ੀ ਹੋ ਗਿਆ, ਸੀ ਆਈ ਡੀ ਚਲਾ ਗਿਆ, ਸੀ ਆਈ ਡੀ ਦਾ ਸ਼ੋਅ ਕਰ ਰਿਹਾ ਸੀਗਾ, 3 ਮਹੀਨੇ ਬਾਅਦ ਦੁਬਾਰਾ ਫਿਰ ਮੈਨੂੰ ਫੋਨ ਆਇਆ। ਕਿਆ ਬਾਤ ਹੈ! ਕਿ ਨਾਜ਼ਿਮ ਜੀ ਐਸ ਐਸ ਕਰਕੇ ਸ਼ੋਅ ਬਣ ਰਿਹਾ, ਤਾਂ ਮੈਂ ਭਾਈ ਉਹ ਤਾਂ 3 ਮਹੀਨੇ ਪਹਿਲਾਂ ਆਡੀਸ਼ਨ ਦੀ ਕਿਸੇ ਹੋਰ ਕੋਲ, ਕਹਿੰਦੇ ਉਹ ਸ਼ੋਅ ਬਣਾ, 12 ਐਪੀਸੋਡ ਬਣੇ ਲੇਕਿਨ ਚੈਨਲ ਨੇ ਸਾਰੇ ਐਪੀਸੋਡ ਉਹ ਸਕ੍ਰੈਪ ਕਰ ਦਿੱਤੇ। ਵਾਹ! ਕੈਨ ਯੂ ਇਮੈਜਿਨ, ਉਸ ਸ਼ੋਅ ਮੈਂ ਜੋ ਲੜਕੀ ਤੀ ਨਾ, ਹੋਸਪਿਟਲਾਈਜ਼ ਹੋ ਗਈ ਤੀ ਭਾਈ। ਕਿਆ ਬਾਤ ਹੈ! ਇਹ ਕਿਹੜੇ ਸ਼ੋਅ ਦੀ ਗੱਲ ਹੈ? ਸਾਥੀਆਂ ਦੀ। ਸਾਥੀਆਂ ਦੀ, ਹਾਂ ਸਾਥੀਆਂ ਦੀ, ਮੈਂ ਸਾਥੀਆਂ ਦੀ ਗੱਲ ਦੱਸ ਰਿਹਾ। ਉਸ ਤੋਂ ਬਾਅਦ ਦੁਬਾਰਾ ਫਿਰ ਮੈਨੇ ਸ਼ੋਅ ਦੇ ਆਡੀਸ਼ਨ ਦਿੱਤੇ, ਲੁੱਕ ਟੈਸਟ ਦਿੱਤੇ, ਆਈ ਥਿੰਕ ਮੋਰ ਦੈਨ 50-100 ਟਾਈਮਸ ਮੈਨੇ ਆਡੀਸ਼ਨ ਜਾਂ ਲੁੱਕ ਟੈਸਟ ਦਿੱਤੇ ਹੋਣਗੇ। ਕਿਆ ਬਾਤ ਹੈ! ਤਦ ਜਾ ਕੇ ਸ਼ੋਅ ਬਣਿਆ। ਉਸ ਟਾਈਮ ਉਸ ਸ਼ੋਅ 'ਚ ਮੇਰਾ ਨਾਮ ਕੁਛ ਹੋਰ ਸੀਗਾ, ਉਸ ਸ਼ੋਅ ਤੋਂ ਪਹਿਲਾਂ ਜਿਹੜੇ ਜਿਨ੍ਹਾਂ ਨੇ ਸ਼ੋਅ ਬਣਾ ਲਿਆ ਸੀਗਾ 12 ਐਪੀਸੋਡ, ਉਸ ਲੜਕੇ ਦਾ ਨਾਮ ਰੀਅਲ 'ਚ ਨਾਮ ਉਹਦਾ ਅਹਿਮ ਸੀਗਾ। ਵਾਹ! ਜੋ ਅਹਿਮ ਮੈਨੂੰ ਦਿੱਤਾ ਗਿਆ, ਸੀਰੀਅਸਲੀ। ਉਹ ਮੁੰਡਾ ਹੁਣ ਵੀ ਕੰਮ ਕਰਦਾ, ਉਹ ਸਟਾਰ ਪਲੱਸ 'ਚ 2-3 ਸ਼ੋਅਜ਼ ਕੀਤੇ ਨੇ ਦੁਬਾਰਾ, ਨੋ ਡਾਊਟ। ਬਟ ਮੈਂ ਦੱਸ ਦਿਆਂ ਕਿ ਜਰਨੀ ਕਿਸ ਤਰ੍ਹਾਂ ਦੀ ਹੈਗੀ ਹੈ। ਇਹ ਅਸੀਂ ਰੋਜ਼ ਇਸ ਚੀਜ਼ ਨੂੰ ਰੋਜ਼ ਮਤਲਬ ਰੋਜ਼ ਲੜਦੇ ਆ ਯਾਰ, ਆਰਟਿਸਟ ਤਾਂ ਪੀਂਦਾ ਹੈ ਇਹਨਾਂ ਚੀਜ਼ਾਂ। ਤੇ ਇਵਨ ਮੈਂ ਜਦ ਇੱਥੋਂ ਜਾਂਦਾ ਸੀ ਨਾ, ਮੈਂ ਸਟਰਗਲ ਕਰਦਾ ਸੀਗਾ, ਮਲੇ ਉੱਥੇ ਚੰਡੀਗੜ੍ਹ ਆ ਗਏ ਸੀ, ਚੰਡੀਗੜ੍ਹ ਤੋਂ ਮੈਂ ਬੰਬੇ ਜਾਂਦਾ ਸੀ, ਜਦ ਮੈਂ ਪਹਿਲੀ ਵਾਰ ਗਿਆ ਸੀਗਾ 10 ਕਦੇ ਲਾ ਕੇ ਮੈਂ ਭੱਜਿਆ, ਮੈਨੂੰ ਪਤਾ ਹੀ ਚੱਲਿਆ ਦੁਨੀਆ ਘੁੰਮ ਰਹੀ ਹੈ ਮੇਰੇ ਅੱਗੇ, ਵੀ ਕਿਵੇਂ ਆਪੇ ਚੜ੍ਹਾ ਦਿੰਦਾ ਆਪੇ ਉਤਾਰ ਦਿੰਦਾ ਟ੍ਰੇਨ 'ਚੋਂ,
ਮੈਂ ਵਾਪਸ ਆ ਗਿਆ, ਮੈਂ ਆਪਾਂ ਨਹੀਂ ਜਾਣਾ ਹੈਗਾ। ਫਿਰ ਗਿਆ, 2 ਮਹੀਨੇ ਰਿਹਾ, ਫਿਰ ਵਾਪਸ ਆ ਗਿਆ। ਵਾਹ। ਫਿਰ 6, 7, 8, 8 'ਚ ਮੈਂ ਦੁਬਾਰਾ 6 ਮਹੀਨੇ ਰਿਹਾ, ਮੈਂ ਵਾਪਸ ਆ ਗਿਆ। ਫਿਰ ਮੈਨੇ ਸਹੁੰ ਖਾ ਲਈ, ਹੁਣ ਜਦ ਤੱਕ ਮੈਨੂੰ ਬੰਬੇ ਨਹੀਂ ਬਣਾਉਂਦਾ ਨਾ, ਮੈਂ ਜਾਂਦਾ ਨਹੀਂ। ਬਟ ਸਟਰਗਲ ਮੇਰੇ ਇਸ ਨਹੀਂ ਰਹੂਗੀ। ਸਾਥੀਆ ਦੇ ਵਿੱਚ ਜਦ ਮੈਂ ਪੰਜਾਬੀ ਫਿਲਮ ਕਰ ਰਿਹਾ ਸੀ ਬਿਗ ਡੈਡੀ, ਤੇ ਉਹ ਸਾਰੀ ਫਿਲਮ ਦੀ ਸ਼ੂਟਿੰਗ ਹੋਣੀ ਸੀਗੀ ਆਸਟ੍ਰੇਲੀਆ, ਪੰਜਾਬ ਤੇ ਸ਼ੂਟ ਕਰ ਰਿਹਾ ਸੀਗਾ, ਆਸਟ੍ਰੇਲੀਆ ਸ਼ੂਟ ਕਰਨਾ ਸੀਗਾ, ਹੁਣ 25 ਦਿਨ ਵਾਸਤੇ ਜਾਣਾ ਸੀਗਾ। ਹੁਣ ਅਹਿਮ ਕੈਰੈਕਟਰ ਜਿਹੜਾ ਬਹੁਤ ਅਹਿਮ, ਉਹ ਇਜ਼ ਅ ਪਿਲਰ ਆਫ ਦਾ ਸ਼ੋ, ਤੇ ਉਹਦੇ ਨਾਲ ਉਹਦਾ ਇਸ ਤਰ੍ਹਾਂ ਸੀਗਾ ਵੀ ਮੈਨੂੰ ਵੀ ਇੱਕ ਤਾਂ ਬਰਥਡੇ ਸਾਡੇ ਤੇ ਬਹੁਤ ਹੈਵੀ ਹੋ ਗਏ ਸੀਗੇ ਯਾਰ, ਬੜੇ ਮਹਿੰਗੇ ਆਰਟਿਸਟ ਹੋ ਚੁੱਕੇ ਸੀਗੇ ਸਮੇਂ ਦੇ ਹਿਸਾਬ ਨਾਲ, ਹਾਣਾ। ਤੇ ਮੈਨੂੰ ਪਤਾ ਨਹੀਂ ਲੱਗਿਆ ਸੀਗਾ, ਟਰਸਟ ਮੀ, 5 ਦਿਨ ਪਹਿਲਾਂ ਕਿ ਮੈਨੂੰ ਫੋਨ ਆਉਂਦਾ ਕਿ ਅਸੀਂ ਅਹਿਮ ਦਾ ਜੋ ਕਿਰਦਾਰ ਉਹ ਖਤਮ ਕਰ ਰਹੇ ਹਾਂ। ਵਾਹ। ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਯਾਰ, ਇੱਕ ਅਹਿਮ ਮਰ ਰਿਹਾ, ਸਲਾਹ ਫਿਲਮ ਕਰ ਰਿਹਾ, ਪਤਾ ਨਹੀਂ ਮੇਰਾ ਕੀ ਬਣੂੰਗਾ ਕਰੀਅਰ ਦਾ, ਜਿਹੜਾ ਚੀਜ਼ ਦਾ ਪਤਾ ਹੀ ਤੁਹਾਨੂੰ ਕੀ ਹੋਣਾ ਵੀ। ਇੱਕ ਤੁਸੀਂ ਇੱਕ ਤਾਂ ਉਹ ਚੀਜ਼ ਛੱਡ ਕੇ ਜਾਓ ਜਿਸ 'ਤੇ ਤੁਸੀਂ ਸਟਾਰ ਹੋ ਟੀ ਵੀ ਦੇ, ਬੱਚਾ ਬੱਚਾ ਤਾਂ ਤੁਹਾਨੂੰ ਜਾਣਦਾ। ਬਟ ਉਹੀ ਹੈ ਨਾ ਗੱਲ ਕਿ ਜੇ ਤੁਹਾਨੂੰ ਰੱਬ ਦੇ ਭਰੋਸਾ, ਇਨਸਾਨ ਦੀ ਕੋਈ ਤਾਕਤ ਨਹੀਂ ਹੈਗੀ, ਆਪਾਂ ਸ਼ੋਅ ਛੱਡ ਕੇ ਸਾਰੀ ਦੁਨੀਆਂ ਲੜ ਕੇ ਜਿਹੜੀ ਕਮਿਟਮੈਂਟ ਕੀਤੀ ਡਾਇਰੈਕਟਰ, ਮੈਂ ਗਿਆ ਆਸਟ੍ਰੇਲੀਆ ਫਿਲਮ ਸ਼ੂਟ ਕੀਤੀ, ਪਤਾ ਚੱਲਦੀ ਸੀਗਾ 25 ਦਿਨ 'ਚ ਹਰ ਹਫ਼ਤੇ TRP ਆਉਂਦੀ ਸੀਗੀ, TRP ਘੱਟ ਰਹੀ ਉੱਥੇ, ਗਿਰ ਰਹੀ ਆ ਸ਼ੋਅ ਦੀ, 6 ਦੀ ਸੀਗੀ, 3 ਤੇ ਆ ਗਈ, 2 ਤੇ ਆ ਗਈ। ਜਦ 2 ਦੀ ਮੈਂ ਵਾਪਸ ਆਇਆ, ਮੈਨੂੰ ਵਾਪਸ ਆਇਆ ਤਾਂ ਮੈਨੂੰ ਫੋਨ ਆਇਆ, ਨਾ ਤਾਂ ਆਫਿਸ ਆ, ਆਫਿਸ ਆਇਆ ਮੈਨੂੰ ਕਹਿੰਦੇ ਬਾਈ ਹਮ ਅਹਿਮ ਕੋ ਵਾਪਸ ਲੈ ਕੇ ਆ ਰਹੇ, ਸ਼ੋਅ ਹਮਾਰੀ ਚੱਲੀ ਨਾ, 3 ਮਹੀਨੇ ਬਾਅਦ ਦੁਬਾਰਾ ਫੇਰ ਹੋ ਗਿਆ। ਕੀ ਬਾਤ ਹੈ, ਇਸ ਡੈਸਟੀ, ਦਿਸ ਇਜ਼ ਯੋਰ ਚੋਇਸ, ਮਤਲਬ ਭਾਈ ਇੱਕ ਕਹਿੰਦੇ ਨਾ ਕਿ ਕਿਸਮਤ ਦਾ ਲਿਖਿਆ ਹੈ ਭਾਈ ਇਹ। ਇੱਕ ਹੋਰ ਚੀਜ਼ ਇਸ ਸ਼ੋਅ ਨਾਲ ਜੁੜੀ ਹੈ ਕਿ ਮੈਂ 2008 'ਚ ਜੂਨ 'ਚ ਜੋ ਆਪਣਾ ਜਨਵਰੀ 'ਚ ਗਿਆ ਸੀਗਾ ਆਪਣੇ ਬਰਥਡੇ ਟਾਈਮ 'ਤੇ, ਅਤੇ ਜੂਨ 27 ਨੂੰ ਮੈਂ ਵਾਪਸ ਆ ਗਿਆ 2008 'ਚ, ਅਤੇ ਮੈਂ ਉਦੋਂ ਸਹੁੰ ਖਾਲੀ ਦੀ ਕਿ ਹੁਣ ਮੈਂ ਜਦ ਤੱਕ ਨਹੀਂ ਜਾਂਦਾ ਜਦ ਤੱਕ ਮੈਨੂੰ ਬੰਬੇ ਨਹੀਂ ਬੁਲਾਉਂਦਾ। ਅਤੇ 2009 'ਚ ਮੈਨੂੰ 27 ਜੂਨ ਨੂੰ ਦੁਬਾਰਾ ਬੰਬੇ ਨੇ ਬੁਲਾ ਲਿਆ ਸੀਗਾ, 1 ਸਾਲ ਬਾਅਦ ਦਾ ਸੇਮ ਡੇਟ 'ਤੇ। ਵਾਹ, ਕਿਆ ਬਾਤ ਹੈ ਭਾਈ। ਇਹ ਚੀਜ਼ਾਂ ਨੇ ਨਾ, ਇਹ ਅਸੀਂ ਦੱਸਦੇ ਹੁੰਦੇ ਯਾਰ, ਇਹ ਬਹੁਤ ਗਹਿਰਾਈਆਂ ਨੇ, ਇਹ ਚੀਜ਼ਾਂ ਦਾ ਦੱਸਣ ਦਾ ਸਵਾਦ ਵੀ ਇੰਟਰਵਿਊ 'ਚ ਕਿੰਨਾ ਜ਼ਿਆਦਾ ਆਉਂਦਾ, ਮਤਲਬ ਮਜ਼ਾ ਆਉਂਦਾ। ਵੀ ਵਾਂਟ ਇਨ ਫੈਕਟ ਕਿ ਯਾਰ ਕੋਈ ਇਨਸਾਨ ਆਪਣੇ ਸਟਰਗਲ ਦੀ ਗੱਲ, ਇਹ ਸਾਰੇ ਚੀਜ਼ਾਂ ਜਦ ਸਿੱਖਦੇ ਅਸੀਂ ਦੱਸਦੇ ਨੇ ਜਦ ਲੋਕਾਂ ਨੂੰ, ਉਸ ਨਾਮ ਪਿੱਛੇ ਸਟਰਗਲ ਕੀ ਹੈ ਨਾ, ਸਟਰਗਲ ਦੇ ਪਿੱਛੇ ਬਹੁਤ ਜ਼ਿਆਦਾ ਹੈ। ਇੱਕ ਵਾਰੀ ਯੂਵੀ ਭਾਈ ਨੂੰ ਮਾਈਕ ਦਿਓ, ਮੈਂ ਅਸੀਂ ਜਦ ਯੂਵੀ ਨੇ ਮਾਈਕ ਫੜਿਓ, ਅਸੀਂ ਜਦ ਪਿਛਲੀ ਵਾਰ ਬੈਠੇ ਸੀਗੇ ਨਾ, ਬੜੀ ਇੱਦਾਂ ਦੀ ਗੱਲਾਂ ਹੋਈਆਂ ਸੀ, ਯੂਵੀ ਨੇ ਪਤਾ ਹੀ ਕਿਹਾ ਸੀਗਾ, ਕਹਿੰਦਾ ਯਾਰ ਵੀ ਮੈਂ ਬਹੁਤ ਕਿਸਮਤ ਵਾਲਾ ਹਾਂ ਐਕਚੁਅਲ 'ਚ, ਵੀ ਜਿੱਥੇ ਯਾਰ ਸਾਨੂੰ ਇੰਨਾ ਕੁਛ ਮਾਲਕ ਨੇ ਦਿੱਤਾ ਆ, ਹੈ ਨਾ, ਵੀ ਮੇਰੇ ਫਾਦਰ ਦੇ, ਕਿਉਂਕਿ ਹੁਣੇ ਭਾਈ ਦੀ ਗੱਲ ਹੋਈ ਨਾ, ਮੈਨੂੰ ਅਸੀਂ ਫਿਰ ਵੀ ਉਹ ਕਹਿੰਦਾ ਮੈਂ ਰੀਅਲੀ ਐਪਰੀਸ਼ੀਏਟ ਕਰਦਾ ਵੀਰ ਨੂੰ, ਮਤਲਬ ਇਹਨਾਂ ਨੂੰ ਜ਼ਿਆਦਾ ਲੋਕੀ, ਕਿਉਂਕਿ ਬਿਕੋਜ਼ ਕੀ ਹੁੰਦਾ ਨਾ, ਬੰਦਾ ਕਹਿੰਦਾ ਇਹ ਬੈਸਟ ਹੈ, ਹਾਂ, ਇਸ ਤੋਂ ਜ਼ਿਆਦਾ ਸਾਨੂੰ ਚਾਹੀਦਾ, ਉਹਦੇ ਬੇੜੇ 'ਚ ਸਾਨੂੰ ਉਸ ਤੋਂ ਜ਼ਿਆਦਾ ਉਹ ਚਾਹੀਦਾ, ਪੈਸ਼ਨ ਆ, ਪੈਸ਼ਨ, ਉਹ ਕੰਮ ਵੀ ਪਾਗਲਪੰਥੀ ਹੈ, ਜ਼ਿਆਦਾ ਉਹ ਚੀਜ਼ ਦਾ ਸਾਹਮਣਾ ਕਰਨਾ ਪੈਂਦਾ। ਫਿਲਮ ਦਾ ਨਾਮ ਮੁੰਡਾ ਰੌਕ ਸਟਾਰ ਆ, ਰੌਕ ਸਟਾਰ ਤੁਸੀਂ ਐਕਚੁਅਲ 'ਚ ਹੈਗੇ ਹੋ ਪੂਰੇ ਪੰਜਾਬ ਦੀ ਨਜ਼ਰਾਂ 'ਚ, ਪੂਰੀ ਦੁਨੀਆ ਨਜ਼ਰਾਂ 'ਚ। ਫਿਲਮ ਦੇ ਨਾ ਛੋਟੇ ਛੋਟੇ ਮੁੱਦੇ ਨੇ ਜਿਹੜੇ ਕਿ ਆਰਟਿਸਟ ਦੀ ਲਾਈਫ 'ਚ ਐਕਚੁਅਲ 'ਚ ਹੁੰਦੇ ਨੇ। ਆਈ ਥਿੰਕ ਇਹ ਕੁਸ਼ਚਨ ਬਹੁਤ ਕੋਮਨ ਹੋਏਗਾ, ਬਟ ਓਬਵੀਅਸਲੀ ਮੈਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਅਲੱਗ ਤਰੀਕੇ ਨਾਲ ਪੁੱਛਣਾ ਚਾਹੂੰਗਾ ਕਿ ਕਿਉਂਕਿ ਤੁਸੀਂ ਉੱਧਰ ਲੱਗਦੇ ਨਹੀਂ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਕੋਈ ਤੁਹਾਡੇ ਨਾਲ ਜਿੱਦਾਂ ਦੀ ਫਿਲਮ ਚੀਜ਼ਾਂ ਹੋਈਆਂ, ਕੋਈ ਤੁਹਾਡੇ ਨਾਲ ਕਰਕੇ ਕੀ ਕਰੋਗੇ, ਕਿ ਯੂਵੀ ਵੀਰ ਨੇ ਪਤਾ ਹੀ ਕਹਿਣਾ ਕਰ ਲਓ ਜੀ, ਯੂਵੀ ਵੀਰ ਨਹੀਂ, ਮੈਂ ਇੱਦਾਂ ਐਕਚੁਅਲ ਯੂਵੀ ਨੇ ਕਹਿੰਦਾ ਕਰ ਲਓ ਜੀ, ਤੁਹਾਡਾ ਜੋ ਦਿਲ ਕਰਦਾ ਕਰ ਲਓ। ਬਟ ਗਾਣਾ ਸਾਡੀ ਲਾਈਫ ਦਾ ਹਿੱਸਾ, ਤੁਸੀਂ ਉੱਥੋਂ ਹੀ ਸ਼ੁਰੂ ਕੀਤੀ ਆ, ਗਾਣਿਆਂ 'ਚ
ਕਦੀ ਚੋਰੀ ਦਾ ਸਾਹਮਣਾ ਤੁਸੀਂ ਐਕਚੁਅਲ 'ਚ ਕੀਤਾ ਕਿ ਨਹੀਂ ਕੀਤਾ? ਕਿਉਂਕਿ ਜਿੰਨੀ ਡੀਸੈਂਸੀ ਤੁਹਾਡੇ 'ਚ ਹੈਗੀ ਹੈ, ਜਿੰਨੀ ਰੂਹਾਨੀਅਤ ਤੁਹਾਡੇ 'ਚ ਹੈਗੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਚੋਰੀ ਕਰਕੇ ਇਸ ਟੋਨ 'ਚ ਜਾਂ ਇਸ ਫੀਲ 'ਚ ਤੁਹਾਡੇ ਗਾਣੇ ਵੀ ਗਾ ਸਕਦਾ ਹੈ। ਨਹੀਂ, ਲੱਕੀਲੀ ਮੈਂ ਸ਼ੁਕਰ ਹੈ ਰੱਬ ਦਾ, ਇੱਦਾਂ ਦਾ ਕਦੀ ਵੀ ਮੈਨੂੰ ਸਾਹਮਣਾ ਨਹੀਂ। ਹਾਂ, ਬਟ ਹਾਂ, ਕੁਛ ਕਮਿਟਮੈਂਟਸ ਹੋ ਜਾਂਦੀਆਂ, ਜਿੱਦਾਂ ਕਿ ਭਾਅ ਜੀ ਆਪਾਂ ਇਹ ਗਾਣਾ ਕਰਨਾ ਆ, ਉੱਧਰੋਂ ਮੈਂ ਪ੍ਰਿਪੇਅਰ ਹਾਂ, ਮੈਨੂੰ ਬਹੁਤ ਪਸੰਦ ਆ ਗਾਣਾ, ਉਹ ਫਿਰ ਪਤਾ ਲੱਗਦਾ ਹਫ਼ਤੇ ਬਾਅਦ ਕਿ ਕਿਸੇ ਹੋਰ ਨੇ ਗਾਤਾ ਯਾਰ, ਜਿੱਦਾਂ ਵੀਰੇ ਹੋਣਾ ਦਾ ਯਾਰ, ਇਹ ਗਾਣਾ ਇੰਨਾ ਹਿੱਟ, ਮਤਲਬ ਫਿਰ ਫਿਰ ਜ਼ਿਆਦਾ ਦੁੱਖ ਲੱਗਦਾ ਕਿ ਯਾਰ ਜਾਂ ਤਾਂ ਗੱਲ ਹੀ ਨਾ ਕਰਦੇ ਕਿ ਹੈ ਨਾ। ਉਹ ਕੁਛ ਚੀਜ਼ਾਂ ਸ਼ੁਰੂ ਸ਼ੁਰੂ 'ਚ ਹੋਈਆਂ, ਹਜੇ ਵੀ ਕਦੀ ਕਦੀ ਹੋ ਜਾਂਦੀ ਆ ਗਾਣੇ ਦਾ, ਬਟ ਦੈਟਸ ਲਾਈਫ ਬ੍ਰੋ, ਤੁਸੀਂ ਸਾਰੀ ਉਮਰ ਮਿਹਨਤ ਕਰਦੇ ਰਹੋ। ਮੈਂ ਅੱਗੇ ਵੀ ਇਹੀ ਕਿਹਾ ਸੀਗਾ ਜਦੋਂ ਮੈਨੂੰ ਉਹਨਾਂ ਨੇ ਪੁੱਛਿਆ ਕਿ ਯੂਥ ਨੂੰ ਕੀ ਮੈਂ ਤੁਸੀਂ ਮੈਸੇਜ ਦੇਣਾ, ਮੈਨੂੰ ਇਹ ਲੱਗਦਾ ਕਿ ਜਿਹੜਾ ਬੰਦਾ ਮਿਹਨਤੀ ਆ ਨਾ, ਉਹਦੀ ਰੱਬ ਅੱਜ ਕੱਲ੍ਹ ਪਰਸੋਂ ਕਦੀ ਨਾ ਕਦੀ ਜ਼ਰੂਰ ਸੁਣਦਾ, ਬਸ਼ਰਤ ਆ ਤੁਸੀਂ ਮਿਹਨਤ ਕਰਨੀ ਨਾ ਛੱਡੋ। ਇਹ ਨਹੀਂ ਕਿ ਆਪਣੀ ਕਿਸਮਤ ਨੂੰ ਦੋਸ਼ ਦਿਓ ਜਾਂ ਕਿਸਮਤ 'ਚ ਕਰਾ ਲਓ ਕਿ ਮੈਂ ਘਰੇ ਬਹਿ ਜਾਣਾ ਜੇ ਮੇਰੀ ਕਿਸਮਤ 'ਚ ਹੋਇਆ ਆ ਜਾਣਾ। ਕਿਸਮਤ ਵੀ ਤਾਂ ਹੀ ਆਉਂਦੀ ਆ ਜੇ ਤੁਸੀਂ ਆਪ ਹੱਥ ਪੱਲਾ ਮਾਰਦੇ ਹੋ, ਸੋ ਬਹੁਤ ਜ਼ਰੂਰੀ ਹੈ। ਐਂਡ ਪਲੱਸ ਜਿਹੜੀ ਨੈਪੋਟਿਜ਼ਮ ਦੀ ਆ ਉਹ ਗੱਲ ਹੋਣੀ ਕਿ ਲੋਕਾਂ ਨੂੰ ਇੱਕ ਸਟੇਟ ਆਫ ਮਾਇੰਡ ਆਲਰੇਡੀ ਬਣ ਜਾਂਦਾ, ਯਾਰ ਇਹਨੂੰ ਤਾਂ ਬਹੁਤ ਈਜ਼ੀਲੀ ਮਿਲ ਗਿਆ ਹੈ ਜਾਂ ਮਿਲ ਗਿਆ ਹੋਣਾ, ਬਟ ਦੇ ਡੋਂਟ ਨੋ, ਵੀ ਡੋਂਟ ਟੈਲ। ਸਾਨੂੰ ਸਾਡੀ ਇੱਕ ਤਾਂ ਸਿੱਖਿਆ ਹੀ ਨਹੀਂ ਉਹ ਹੈਗੀ ਕਿ ਵੱਧ ਵੱਧ ਕੇ ਚੜ੍ਹ ਚੜ੍ਹ ਕੇ ਗੱਲਾਂ ਬੋਲੋ ਕਿ ਕਿਵੇਂ ਕਰਨਾ ਪੈਂਦਾ ਸਾਨੂੰ, ਸਾਨੂੰ ਪਤਾ ਹੋ ਅਸੀਂ ਹਾਊ ਵੀ ਸਰਵਾਈਵ, ਹਾਊ ਸਟਿਲ ਆਈ ਐਮ ਵਰਕਿੰਗ, ਦੈਟ ਆਈ ਨੋ, ਹੈ ਨਾ। ਉਹ ਮੈਨੂੰ ਦੱਸਣ ਦੀ ਲੋੜ ਵੀ ਨਹੀਂ, ਉਹ ਮੈਂ ਮੇਰੀ ਮਿਹਨਤ ਕੰਮ ਕਰਦੀ ਰਹਿੰਦੀ ਆ ਅਤੇ ਉਹ ਇੱਦਾਂ ਹੀ ਕਰੀ ਜਾਣਾ, ਬਸ ਆਪਣੀ ਮਿਹਨਤ ਨਹੀਂ ਛੱਡਣੀ ਚਾਹੀਦੀ ਕਦੇ ਵੀ। ਮੈਂ ਆਪਣੇ, ਮੈਨੂੰ ਐਵੇਂ ਲੱਗਦਾ ਕਿ ਜਿੰਨੇ ਤੁਹਾਡੇ ਫਾਦਰ ਪੋਲਾਈਟ ਨੇ ਨਾ, ਸਵੀਟ ਨੇ, ਉਹ ਲੱਗਦਾ ਨਹੀਂ ਐਕਚੁਅਲ 'ਚ ਕਿ ਉਹ ਪੋਲੀਟੀਸ਼ੀਅਨ ਨੇ, ਮਤਲਬ ਉਹ ਹੈ ਹੀ ਨਹੀਂ, ਮਤਲਬ ਐਗਜ਼ੈਕਟਲੀ ਲਿਟਰਲੀ ਫੀਲ ਇਹ ਚੀਜ਼ ਮੈਂ ਕਰਦਾ ਹਾਂ ਕਿ ਯੈਸ ਯੈਸ, ਕਿਉਂਕਿ ਆਪਾਂ ਇੰਨਾ ਕਲਾ ਨਾਲ ਅਟੈਚਡ ਆ ਨਾ, ਇਹ ਤਾਂ ਚਲੋ ਲੋਕਾਂ ਕਰਕੇ ਸਾਨੂੰ ਫੇਮ ਮਿਲ ਜਾਂਦਾ ਹੈ, ਲੋਕੀ ਸਾਨੂੰ ਅਪਰੀਸ਼ੀਏਟ ਕਰਦੇ ਅੱਗੇ, ਮਤਲਬ ਕਹਿੰਦੇ ਕਿ ਹਾਂਜੀ ਤੁਸੀਂ ਸਾਡੇ ਲਈ ਕੰਮ ਕਰੋ, ਬਟ ਇੱਕ ਆਰਟਿਸਟ ਕਦੇ ਵੀ ਇੱਕ ਟਿਪੀਕਲ ਪੋਲੀਟੀਸ਼ੀਅਨ ਨਹੀਂ ਬਣ ਸਕਦਾ, ਉਹ ਇੰਨਾ ਲੋਕਾਂ ਦੇ ਹਿੱਤ 'ਚ ਗੱਲ ਕਰੇਗਾ ਨਾ। ਮੈਨੂੰ ਲੱਗਦਾ ਕਿ ਪੋਲੀਟੀਸ਼ੀਅਨ ਲਾਈਕ ਕਾਈਂਡ ਆਫ, ਕਿਉਂਕਿ ਪੋਲੀਟੀਸ਼ੀਅਨ ਨੂੰ ਸਾਡੇ ਪੰਜਾਬ 'ਚ ਕਿਤੇ ਵੀ ਬੜਾ ਹੀ ਗਲਤ ਤਰੀਕੇ ਨਾਲ ਲਿਆ ਜਾਂਦਾ, ਓਬਵੀਅਸਲੀ ਕਿ ਬੰਦਾ ਪੋਲੀਟੀਸ਼ੀਅਨ ਹਰ ਕਿਤੇ ਹਰ ਕਿਤੇ ਓਬਵੀਅਸਲੀ। ਮੈਂ ਕਿੰਨਾ ਇਕੱਲਾ ਪੋਲੀਟੀਸ਼ੀਅਨ ਨਹੀਂ ਉਹ ਮਾੜਾ ਹੁੰਦਾ, ਮੈਂ ਕਿਉਂਕਿ ਹੁਣ ਅਸੀਂ ਇਸ ਸਿਸਟਮ, ਪੂਰਾ ਸਿਸਟਮ ਹੀ ਖਰਾਬ ਆ। ਯੈਸ, ਇੱਕ ਨਾ ਮੈਂ ਥੋੜ੍ਹੇ ਦਿਨ ਪਹਿਲਾਂ ਵੀਡੀਓ ਵੀ ਦੇਖ ਰਿਹਾ ਸੀਗਾ, ਇੱਕ ਟਾਇਰ ਵਾਲੇ ਕੋਲ ਕੋਈ ਪੈਂਚਰ ਲਵਾਉਣ ਜਾਂਦਾ ਜਾਂ ਫਰਿੱਜ ਵਾਲੇ ਕੋਲ, ਉਹ ਸੱਚ ਹਾਂ ਫਰਿੱਜ ਲੈ ਕੇ ਜਾਂਦਾ ਉਹਦੇ ਕੋਲ, ਉਹ ਫਰਿੱਜ ਖਰਾਬ ਨਹੀਂ ਹੁੰਦੀ, ਉਹ ਬੰਦੇ ਕੋਲ ਉਦੋਂ ਲੈ ਕੇ ਜਾਂਦਾ ਕਿ ਇੱਕ ਪਬਲਿਕਲੀ ਟੈਸਟ ਸੀਗਾ ਕਿ ਕੀ ਲੋਕ ਕਰਪਸ਼ਨ ਕਿੱਥੋਂ ਸਟਾਰਟ ਹੁੰਦੀ ਆ। ਉਹ ਫਰਿੱਜ ਲੈ ਕੇ ਜਾਂਦਾ ਉਹਦੇ ਕੋਲ ਦੁਕਾਨ 'ਤੇ, ਉਹ ਕਹਿੰਦਾ ਭਾਅ ਜੀ ਇਹ ਚੱਲਦੀ ਨਹੀਂ ਪਈ, ਦੇਖਿਓ ਕੀ ਹੋਇਆ। ਉਹ ਨਾਲ ਹੀ ਉਹਨੂੰ ਕਹਿੰਦਾ ਭਾਅ ਜੀ ਮੈਂ ਅੱਧੇ ਘੰਟੇ ਆਇਆ ਤੁਸੀਂ ਚੈੱਕ ਕਰ ਲਓ, ਮੈਨੂੰ ਮਾੜਾ ਕੰਮ ਆ ਗਿਆ। ਉਹ ਆਨ ਕਰਦਾ ਫਰਿੱਜ ਤਾਂ ਚੱਲਦੀ ਹੁੰਦੀ, ਸਭ ਕੁਝ ਕਰਦਾ, ਉਹ ਫਿਰ ਵੀ ਉਹ ਜਦੋਂ ਵਾਪਸ ਆਉਂਦਾ ਉਹਨੂੰ ਇਹ ਕਹਿੰਦਾ ਕਿ ਭਾਅ ਜੀ ਤੁਹਾਡਾ ਇੰਨਾ ਇੰਨਾ ਬਿੱਲ ਬਣ ਗਿਆ, ਇੱਥੋਂ ਇਹ ਖਰਾਬ ਸੀ, ਮੈਂ ਇਹ ਪਤਾ ਇਹ ਕਰਤਾ। ਓ ਮਾਈ ਗੋਡ, ਛੋਟੇ ਛੋਟੇ ਲੈਵਲ ਤੋਂ ਸ਼ੁਰੂ ਹੋ ਜਾਂਦੇ ਹਾਂ ਆਪਾਂ, ਜਿੰਨਾ ਚਿਰ ਆਪਾਂ ਆਪ ਹੀ ਨਹੀਂ ਸੁਧਰਾਂਗੇ, ਆਪਣੇ ਆਪ ਨੂੰ ਨਹੀਂ ਠੀਕ ਕਰਦੇ, ਫਿਰ ਆਪਾਂ ਕਿਸੇ ਨੂੰ ਕਿੱਦਾਂ ਦੋਸ਼ ਦੇ ਸਕਦੇ ਭਾਅ ਜੀ। ਅਸੀਂ ਇਕੱਲੋ ਮੈਂ ਕਰਪਸ਼ਨ ਦੀ ਨਹੀਂ ਗੱਲ ਕਰਦਾ, ਮੇਰੇ ਨਾਲ ਮੇਰੇ ਦੋਸਤ ਵੀ ਗੱਡੀ ਬੈਠੇ ਉਹਨਾਂ ਖਾਊਗੇ ਚੱਕ ਦੂਗੇ, ਮੈਂ ਉਹਨਾਂ ਨੂੰ ਗਾਲਾ ਕਰਦਾ, ਮੈਂ ਕਹਿੰਦਾ ਯਾਰ ਤੁਸੀਂ ਸਰਕਾਰ ਨੂੰ ਤਾਂ ਗਾਲਾ ਕੱਢ ਦਿੰਦੇ ਕਿ ਇਸ ਦੇਸ਼ 'ਚ ਕੁਛ ਨਹੀਂ ਹੋ ਸਕਦਾ, ਇਹਦਾ ਕੁਛ ਨਹੀਂ ਬਣ ਸਕਦਾ, ਬਟ ਆਪ ਤਾਂ ਸੁਧਰੋ ਯਾਰ, ਐਟਲੀਸਟ ਤੁਸੀਂ ਆਪਣਾ ਕਿੱਤਾ ਤਾਂ ਕਰੋ। ਕਿਸੇ ਨੂੰ ਕਹਿਣਾ ਬਹੁਤ ਈਜ਼ੀ ਆ ਬ੍ਰੋ, ਕਿਸੇ ਨੂੰ ਕਹਿਣਾ, ਔਰ ਸਭ ਤੋਂ ਔਖਾ ਆਪਣੀ ਗਲਤੀ ਆਪਣੀ ਗਲਤੀ ਮੰਨਣਾ, ਸਭ ਤੋਂ ਔਖਾ ਆ ਕਮਿਟ ਕਰਨਾ, ਉਹ ਕਮਿਟ ਕਰਨਾ ਜਦੋਂ ਸ਼ੁਰੂ ਹੋ ਜਾਣਗੇ ਸਾਰੀਆਂ ਪ੍ਰੋਬਲਮ ਸੋਲਵ ਹੋ ਜਾਣੀਆਂ। ਬਸ ਉਹ ਈਗੋ ਨਹੀਂ ਸਾਨੂੰ ਕਰਨ ਦੀ, ਉਹ ਨਹੀਂ ਕੁਛ ਨਹੀਂ ਹੁੰਦਾ, ਇੱਕ ਮੇਰੇ ਲਫਾਫੇ ਸੁੱਟਣ ਨਾਲ ਥੋੜ੍ਹੀ ਕੁਛ ਹੋਣਾ, ਇੱਦਾਂ ਹੀ ਫਿਰ ਪੰਗਾ ਪੈ। ਐਂਡ ਇੱਕ ਚੀਜ਼ ਮੈਨੂੰ ਹੁਣ ਦੱਸਿਓ, ਕਿਉਂਕਿ ਯੂਵੀ ਵੀਰ ਨਾ ਅੱਜ ਕੱਲ੍ਹ ਬੜੇ ਲਾਈਵ ਸ਼ੋਅਜ਼, ਇਹ ਸੀਜ਼ਨ ਹੁੰਦਾ ਆਰਟਿਸਟ ਦੀ ਜ਼ਿੰਦਗੀ 'ਚ ਕਿ ਲਾਈਵ ਸ਼ੋਅਜ਼,
ਨਾਲੇ ਫਿਲਮ ਵੀ ਮੁੰਡਾ ਰੋਕ ਸਟਾਰ ਆ ਐਕਚੁਅਲ 'ਚ ਬੰਦਾ ਲਾਈਵ ਸ਼ੋਅ 'ਚ ਤਾਂ ਰੋਕ ਸਟਾਰ ਫੀਲ ਕਰਦਾ ਆਪਣੇ ਆਪ ਨੂੰ ਕਿ ਬਈ ਕਿਉਂਕਿ ਨਾਲੇ ਐਕਚੁਅਲ 'ਚ ਹੁੰਦਾ ਵੀ ਹੈ ਬਟ ਹੁਣ ਡਿਊਰਿੰਗ ਇਸ ਪੀਰੀਅਡ ਦੇ ਦੌਰਾਨ ਜਿਵੇਂ ਹੁਣ ਤੁਹਾਡਾ ਕਿਉਂਕਿ ਆਰਟਿਸਟ ਜ਼ਿੰਦਗੀ ਹੈ ਕਿ ਇੱਥੇ ਇੰਟਰਵਿਊਸ ਕਰ ਲਏ ਰਾਤ ਨੂੰ ਕਿਆ ਪਤਾ 9 ਵਜੇ ਕਿਤੇ ਬਾਹਰ ਤੁਹਾਡਾ ਆਊਟਡੋਰ ਸ਼ੂਟ ਹੋਵੇ ਜਾਂ ਕੱਲ੍ਹ ਹੋਵੇ ਮੇ ਬੀ ਇਸ ਪੀਰੀਅਡ ਦੇ ਦੌਰਾਨ ਕਿਤੇ ਫੀਲਿੰਗ ਆਈ ਹੈ ਕਿ ਯਾਰ ਮੁੰਡਾ ਰੋਕ ਸਟਾਰ ਵੀ ਫੀਲਿੰਗ ਹੈ ਕਿਉਂਕਿ ਇਸ ਟਾਈਮ 'ਤੇ ਸੈੱਟ 'ਤੇ ਵੀ ਜਦੋਂ ਸ਼ੂਟ ਕਰ ਰਹੇ ਸੀਗੇ ਮਾਈਕ ਹੱਥ 'ਚ ਫੜਨਾ ਉਵੇਂ ਦਾ ਐਕਟ ਕਰਨਾ ਪੈਂਦਾ ਸੀਗਾ ਬਟ ਇੱਥੇ ਰਿਐਲਿਟੀ ਆ ਇਹ ਫੀਲਿੰਗ ਦੀ ਆਈ ਆ ਕਿ ਯਾਰ ਮੁੰਡਾ ਰੋਕ ਸਟਾਰ ਸਮਥਿੰਗ ਕਾਈਂਡ ਆਫ ਫਿਲਮ ਵੀ ਇੱਦਾਂ ਦੀ ਆ ਯੁਵਰਾਜ ਅੱਜ ਤਾਂ ਫੀਲਿੰਗ ਲੈ ਕਾਈਂਡ ਆਫ ਲਾਈਵ ਸ਼ੋਅ ਹੈ ਯਾਰ ਐਕਚੁਅਲ 'ਚ ਲਿਟਰਲੀ ਰੀਅਲ ਆਡੀਅੰਸ ਆ ਐਕਟ ਕਰਨਾ ਜ਼ਿਆਦਾ ਔਖਾ ਆ ਹਾਂ ਐਕਟਿੰਗ ਇਜ਼ ਮੋਰ ਡਿਫਿਕਲਟ ਜ਼ਿਆਦਾ ਰੌਕ ਸਟਾਰ ਦੀ ਫੀਲਿੰਗ ਤਾਂ ਭਾਜੀ ਹੋਣੀ ਜਦੋਂ ਲਾਈਵ ਸ਼ੋਅ ਕਰਦੇ ਨੇ ਉਹ ਲੁੰਦੀ ਨੇ ਹਾਂ ਹਾਂ ਤੇ ਉਹ ਮੈਨੂੰ ਐਕਚੁਅਲੀ ਜਦੋਂ ਸਟੇਜ 'ਤੇ ਅਸੀਂ ਜਾਂਦੇ ਹਾਂ ਉਹ ਤਾਂ ਐਕਚੁਅਲੀ ਸੱਚੀ ਫੀਲਿੰਗ ਆ ਜਾਂਦੀ ਪਹਿਲਾਂ ਮੈਨੂੰ ਸ਼ੁਰੂ ਤੋਂ ਹੀ ਯਾਰ ਨਰਵਸ ਬਹੁਤ ਹੁੰਦਾ ਮੈਂ ਸਟੇਜ 'ਤੇ ਜਾਣ ਤੋਂ ਪਹਿਲਾਂ ਪਹਿਲਾਂ ਤਾਂ ਮੈਂ ਅਰਦਾਸ ਕਰੂੰਗਾ ਫਿਰ ਮੈਂ ਬਾਬਾ ਜੀ ਦਾ ਨਾਮ ਲਊਂਗਾ ਫਿਰ ਮੈਂ ਕਹਿੰਦਾ ਸਭ ਠੀਕ ਹੈ ਸਭ ਠੀਕ ਰੱਖੋ ਕਿਉਂਕਿ ਮੈਨੂੰ ਇਹ ਹੁੰਦਾ ਯਾਰ ਜਿਹਨੇ ਤੁਹਾਨੂੰ ਪੈਸੇ ਦਿੱਤੇ ਆ ਅਗਲਾ ਮੈਂ ਆਦਿਤੀ ਨਾਲ ਵੀ ਕਿਸੇ ਅੱਗੇ ਗੱਲ ਕਰ ਰਹੇ ਸੀਗੇ ਕਿ ਆਪਾਂ ਜੀ ਅਸੀਂ 5-7-10 ਹਜ਼ਾਰ ਦੀ ਜੈਕਟ ਲਈਏ ਜਦੋਂ ਧਾਗਾ ਜਾਂ ਰੰਗ ਵੀ ਨਿਕਲ ਜਾਵੇ ਅਸੀਂ ਗਾਲਾਂ ਕਰਦੇ ਯਾਰ ਇਹ ਕੰਮ ਖਰਾਬ ਆ ਅਤੇ ਅਗਲੇ ਸਾਨੂੰ ਇੰਨੇ ਪੈਸੇ ਦਿੰਦੇ ਆ ਅਤੇ ਅਸੀਂ ਉਹਨਾਂ 'ਤੇ ਜਾ ਕੇ ਪਰਫੋਰਮ ਹੀ ਨਹੀਂ ਉਹਨਾਂ ਦੀ ਖੁਸ਼ੀਆਂ ਸ਼ਾਮਿਲ ਹੋ ਕੇ ਉਹਨਾਂ ਨੂੰ ਖੁਸ਼ ਹੀ ਨਾ ਕਰ ਪਾਏ ਸਿਰਫ ਕਿ ਚੱਲ ਜਾ ਮੈਂ ਗਾ ਕੇ ਜਾਣਾ ਇੰਨੇ ਲੱਖ ਲੈ ਕੇ ਜਾਣੇ ਬਸ ਮਿਲ ਲਈ ਉਹ ਮੇਰੇ ਤੋਂ ਹੋ ਨਹੀਂ ਪਾਉਂਦਾ ਅਤੇ ਉੱਪਰੋਂ ਟੱਚ ਵੁੱਡ ਲੱਕੀਲੀ ਆਡੀਅੰਸ ਚੰਗੀ ਮਿਲਦੀ ਆ ਫਿਰ ਫੀਲਿੰਗ ਤਾਂ ਆਈ ਜਾਂਦੀ ਰੌਕ ਸਟਾਰ ਵਾਲੀ ਬਟ ਹਾਂ ਐਕਟਿੰਗ ਕਰਨੀ ਬਹੁਤ ਔਖੀ ਆਏ ਰੌਕ ਸਟਾਰ ਵਾਲੀ ਮਤਲਬ ਮੈਨੂੰ ਥੋੜ੍ਹਾ ਚੈਲੇਂਜਿੰਗ ਲੱਗਾ ਸੀਗਾ ਉਸ ਲਾਈਵ 'ਤੇ ਤੁਹਾਨੂੰ ਸੋਚਣਾ ਨਹੀਂ ਪੈਂਦਾ ਕਿ ਜੋ ਮਰਜ਼ੀ ਕਰੋ ਚਲੋ ਆ ਗਿਆ ਇਹਨਾਂ ਫੋਟੋਗ੍ਰਾਫੀ ਆਪਣੀ ਆਡੀਅੰਸ ਆ ਉੱਥੇ ਤੁਹਾਨੂੰ ਸਕ੍ਰਿਪਟ ਦੇ ਹਿਸਾਬ ਨਾਲ ਕਰਨਾ ਐਂਡ ਹਾਈਲਾਈਟਿਡ ਪਾਰਟ ਆਫ ਦਾ ਫਿਲਮ ਇਜ਼ ਫਾਦਰ ਸਾਹਿਬ ਤੁਹਾਡੇ ਹੰਸ ਰਾਜ ਹੰਸ ਦੀ ਬਟ ਮੈਂ ਇੱਕ ਬੇਟੇ ਕੋਲੋਂ ਜਾਣਨਾ ਚਾਹੂੰਗਾ ਕਿ ਉਹ ਆਈ ਥਿੰਕ ਪਹਿਲੀ ਵਾਰ ਇਹ ਚੀਜ਼ ਤੁਹਾਡੀ ਹਿੱਸੇ ਆਈ ਹੈ ਹੈ ਨਾ ਫਾਦਰ ਸਾਹਿਬ ਨੇ ਕੰਮ ਕੀਤਾ ਆ ਐਕਚੁਅਲ 'ਚ ਇਹਦੀ ਰਿਸਪੋਂਸੀਬਿਲਿਟੀ ਕਿੰਨੀ ਸੀਗੀ ਫਾਦਰ ਸਾਹਿਬ ਨੂੰ ਯੂ ਨੋ ਕਿੰਨੀ ਕੁ ਵਾਰ ਰਿਕੁਐਸਟ ਕਰਨੀ ਪਈ ਆ ਉਹਨਾਂ ਵੱਲ ਹੀ ਓਕੇ ਸੀਗਾ ਕਿ ਯੁਵਰਾਜ ਮੈਂ ਕੰਮ ਕਰੂੰਗਾ ਕੋਈ ਗੱਲ ਨਹੀਂ ਮੈਨੂੰ ਐਕਚੁਅਲੀ ਮੇਰੇ ਡੈਡ ਦਾ ਮੈਂ ਕੀ ਕਹਾਂ ਉਹਨੂੰ ਮੈਂ ਇਹ ਨਹੀਂ ਕਿ ਮੇਰੇ ਫਾਦਰ ਨੇ ਤਾਂ ਉਹਨਾਂ ਨੂੰ ਮੈਂ ਜਿੰਨੀ ਵਾਰੀ ਵੀ ਬਰੋ ਕਿਹਾ ਨਾ ਕਿ ਡੈਡੀ ਜੀ ਮੇਰਾ ਉਹਨਾਂ ਨੂੰ ਚਾਹ ਚੜ ਜਾਂਦਾ ਹੋਰ ਹੀ ਕਿਉਂਕਿ ਓਬਵੀਅਸਲੀ ਮੈਂ ਉਹਨਾਂ ਦਾ ਬੇਟਾ ਹਾਂ ਉਹ ਹੰਸਰਾਜ ਇਹਨਾਂ ਨੂੰ ਨਹੀਂ ਉਹ ਜਿਹਨਾਂ ਕੋਲ ਬਹਿ ਜਾਣਗੇ ਨਾ ਆਈ ਥਿੰਕ ਉਹਨਾਂ ਦੀ ਪੋਲਾਈਟਨੈਸ ਤੇ ਹੀ ਮੁਹੱਬਤ ਆ ਉਹ ਅਜੇ ਗੱਲ ਕਰਕੇ ਵੀ ਗਏ ਨੇ ਹਾਂ ਸਾਰਿਆਂ ਨੂੰ ਇੰਨਾ ਪਿਆਰ ਕਰਦੇ ਮੈਨੂੰ ਵੀ ਲੱਗਦਾ ਕਿ ਉਹ ਕਿਸੇ ਵੀ ਗੱਲ ਮੈਂ ਦੇਖਿਆ ਮੈਂ ਉਹੀ ਦੇਖਿਆ ਜਿਹੜੇ ਬੰਦੇ ਉਹਨਾਂ ਦੇ ਕਦੀ ਕਦੀ ਐਂਟੀ ਵੀ ਹੋਇਆ ਨਾ ਉਹਨਾਂ ਲਈ ਵੀ ਆਊਟ ਆਫ ਦਾ ਵੇਵ ਜਾ ਕੇ ਜੇ ਹੈਲਪ ਕਰਨੀ ਹੋਵੇ ਉਹ ਕਰ ਦਿੰਦੇ ਆ ਕਿ ਯਾਰ ਮੈਂ ਕਰ ਦੂੰਗਾ ਉਹ ਤਾਂ ਫਿਰ ਵੀ ਮੈਂ ਉਹਨਾਂ ਦਾ ਬੇਟਾ ਆ ਹਨਾ ਸੋ ਮੈਨੂੰ ਜੈਦੇਵ ਸਰ ਨੇ ਕਿਹਾ ਯਾਰ ਅਗਰ ਇਹ ਹੰਸ ਜੀ ਗਾਣਾ ਗਾਉਂਦੇ ਆ ਤਾਂ ਮਜ਼ਾ ਆ ਜਾਏਗਾ ਮੈਂ ਕਿਹਾ ਸਰ ਉਹ ਪਤਾ ਨਹੀਂ ਗਾਉਂਦੇ ਨਹੀਂ ਗੇ ਹੁਣ ਅਤੇ ਸਟੂਡੀਓ ਵਾਲਾ ਤਾਂ ਬਹੁਤ ਟਾਈਮ ਹੋ ਗਿਆ ਉਹਨਾਂ ਨੇ ਕੀਤਾ ਨਹੀਂ ਮੈਂ ਬਟ ਮੈਂ ਰਿਕੁਐਸਟ ਕਰ ਲਾ ਉਹਨਾਂ ਨੂੰ ਫੋਨ ਮੈਂ ਫੋਨ ਕੀਤਾ ਮੈਂ ਕਿਹਾ ਹਲੋ ਡੈਡੀ ਜੀ ਉਹ ਕਹਿ ਰਹੇ ਸੀ ਜੀ ਜੈਦੇਵ ਸਰ ਕਿ ਤੁਸੀਂ ਗਾਣਾ ਗਾ ਦੂੰ ਕਹਿੰਦੇ ਲੈ ਪੁੱਛਣ ਦੀ ਗੱਲ ਹੈ ਯਾਰ ਉਹ ਵੀ ਤੇਰੀ ਫਿਲਮ 'ਚ ਕਹਿੰਦੇ ਕਦੋਂ ਆਉਣਾ ਇਹ ਦੱਸ ਅਤੇ ਫਿਰ ਉਹ ਡੇਟ ਫਿਕਸ ਕਰ ਲਈ ਉਹਨੂੰ ਤਾਂ ਚਾਹ ਹੀ ਬਹੁਤ ਚੜ ਜਾਂਦਾ ਭਾਈ ਉਹ ਦੱਸਿਆ ਸੀ ਨਾ ਉਹਨਾਂ ਨੇ ਕਿ ਮੈਨੂੰ ਤਾਂ ਯੂਵੀ ਦੀ ਜਦੋਂ ਫਿਲਮ ਆਉਂਦੀ ਇੱਦਾਂ ਲੱਗਦਾ ਇਹ ਤਾਂ ਵਿਆਹ ਆ ਹਰ ਫਿਲਮ ਤੋਂ ਐਂਡ ਸ਼ੁਰੂਆਤ ਤੋਂ ਯੂਵੀ ਵੀਰੇ ਜਦੋਂ ਦੀ ਇਸ ਫੀਲਡ 'ਚ ਐਂਟਰੀ ਮਾਰੀ ਆ ਫਾਦਰ ਸਾਹਿਬ ਦਾ ਯੂ ਨੋ ਆਈ ਥਿੰਕ ਉਹਨਾਂ ਨੂੰ ਦੇਖ ਦੇਖ ਕੇ ਵੱਡੇ ਹੋਣਾ ਜਾਂ ਉਹਨਾਂ ਦੀ ਗੱਲਾਂ ਸੁਣ ਕੇ ਵੱਡੇ ਹੋਣਾ ਇਸ ਮੂਮੈਂਟ 'ਤੇ ਆ ਕੇ ਪ੍ਰਾਊਡ ਵਾਲੀ ਫੀਲਿੰਗ ਹੁੰਦੀ ਹੈ ਕਿ ਐਕਚੁਅਲ 'ਚ ਯਾਰ ਮੇਰੇ ਹਿੱਸੇ ਸੱਚੀ ਬੜਾ ਕਿਸਮਤ ਵਾਲਾ ਹੈ ਕਿ ਐਕਚੁਅਲ 'ਚ ਇਹ ਚੀਜ਼ਾਂ ਆਈਆਂ ਨੇ ਐਂਡ ਇੱਕ ਚੀਜ਼ ਹੋਰ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਇਹ ਮੇਰਾ ਤੁਹਾਨੂੰ ਇੱਕ ਤਰ੍ਹਾਂ ਦਾ ਡਾਇਰੈਕਟ ਕੁਸ਼ਚਨ ਆ ਰੋਕਣਾ ਨਹੀਂ ਟੋਕਣਾ ਨਹੀਂ ਲੋਕਾਂ ਨੇ ਮੈਨੂੰ ਬੜੀ ਵਾਰ ਮੈਸੇਜ ਆਉਂਦੇ ਆ ਕਹਿੰਦੇ ਯਾਰਨ ਬੋਲੇ ਬਣ ਗਈ ਹਿੱਟ ਹੋ ਗਈ
ਜਦੋਂ ਪਹਿਲੀ ਆਈ ਸੀਗੀ, ਕਹਿੰਦੇ ਦੁਬਾਰਾ ਤੋਂ ਤਿਗੜੀ ਜਿਹੜੀ ਪੁਰਾਣੇ ਟਾਈਮ ਦੀ ਹੈਗੀ ਸੀਗੀ, ਯੂ ਵੀ ਵੀਰਾ, ਹਰੀਸ਼ ਵੀਰਾ ਅਤੇ ਆਪਣਾ ਕਰਤਾਰ ਬਾਈ ਜਿਹੜੀ ਪੁਰਾਣੀ ਟੀਮ ਸੀਗੀ ਆਰਿਆ ਭਾਅ ਜੀ, ਉਹ ਦੁਬਾਰਾ ਟੀਮ ਇਕੱਠੀ ਹੋ ਗਿਆ ਨਹੀਂ ਹੋਈ ਤੁਹਾਨੂੰ? ਅੱਛਾ, ਕੋਈ ਵੀ ਫਿਲਮ ਨਹੀਂ ਕਰ ਰਹੇ, ਮੈਨੂੰ ਨਹੀਂ ਸਮਝ ਆ ਰਹੀ ਭਾਜੀ, ਪਲੀਜ਼ ਯਾਰ ਰਿਕੁਐਸਟ ਆ। ਉਹ ਬੜੇ ਮੋਢੀ ਉਹ ਨਜ਼ਾਰੇ ਬਣਾਉਂਦਾ, ਐਕਚੁਅਲ ਹੈਗੇ ਨੇ, ਬੰਦਾ ਹੈ ਹੀ ਨਹੀਂ ਕੋਈ, ਪੂਰੀ ਇੰਡਸਟਰੀ 'ਚ ਨਹੀਂ ਹੈ। ਮੈਂ ਟੋਕ ਕੇ ਕਹਿੰਦਾ, ਹੁਣ ਵੀ ਕਹਿੰਦਾ, ਯੈਸ ਯੈਸ, ਉਸ ਵਰਗਾ ਇਨਸਾਨ ਪੂਰੀ ਇੰਡਸਟਰੀ 'ਚ ਨਹੀਂ ਹੈਗਾ ਸਾਡੀ ਪੰਜਾਬੀ ਇੰਡਸਟਰੀ 'ਚ, ਦ ਵੇ ਹੀ ਇਜ਼ ਐਜ਼ ਅ ਡਾਇਰੈਕਟਰ, ਉਸ ਤੋਂ ਵੀ ਜ਼ਿਆਦਾ ਐਜ਼ ਅ ਹਿਊਮਨ ਬੀਂਗ ਬਹੁਤ ਘੈਂਟ ਇਨਸਾਨ ਹੈ। ਤੁਸੀਂ ਮੰਨੋ, ਕਿਉਂਕਿ ਮੈਨੂੰ ਇਹ ਲੱਗਦਾ ਸੀ, ਕੋਸ਼ਿਸ਼ ਕੀਤੀ ਵੀ ਸੀ ਯਾਰ ਨੂੰ ਮਿਲੇ ਰਿਟਰਨਸ ਦੀ, ਬਟ ਕਹਿੰਦੇ ਆ ਨਾ ਮਾਂ ਤਾਂ ਮਾਂ ਹੀ ਹੁੰਦੀ ਆ, ਅਨੁਰਾਗ ਭਾਜੀ ਹੀ ਕਰਾ ਸਕਦੇ ਹੋ ਸਾਰਾ ਸਿਸਟਮ, ਬਾਕੀ ਜਿੰਨੇ ਮਰਜ਼ੀ ਕੋਸ਼ਿਸ਼ ਕਰ ਲੈਣ, ਜਾਂ ਮੈਂ ਨਾਟ ਇਨ ਅ ਰੋਂਗ ਵੇ, ਇਨ ਅ ਪੋਜ਼ਿਟਿਵ ਵੇ ਕਹਿ ਰਿਹਾ, ਜੋ ਚੀਜ਼ ਅਨੁਰਾਗ ਭਾਜੀ ਨੇ ਕਰਨੀ ਆ ਨਾ, ਉਹ ਅਨੁਰਾਗ ਭਾਜੀ ਹੀ ਕਰ ਸਕਦੇ ਆ। ਲੈਟਸ ਹੋਪ ਯਾਰ, ਤੁਸੀਂ ਰਿਕੁਐਸਟ ਕਰ ਦਿਓ, ਐਗਜ਼ੈਕਟਲੀ ਯਾਰ, ਪਲੀਜ਼ ਤੁਸੀਂ ਛੇਤੀ ਇਹਦੇ ਫਿਲਮ ਲਾਓ, ਕਿਉਂਕਿ ਮੇਰਾ ਲੱਗਦਾ ਕ੍ਰੀਏਟਿਵ ਬੰਦੇ ਦੀ ਰਿਪਲੇਸਮੈਂਟ ਕਦੀ ਨਹੀਂ ਹੋ ਸਕਦੀ। ਹਾਂ, ਕ੍ਰੀਏਟਿਵ ਬੰਦਿਆਂ ਦੀ ਰਿਪਲੇਸਮੈਂਟ ਕਦੀ ਵੀ ਨਹੀਂ ਹੋ ਸਕਦੀ। ਮੈਂ ਤਾਂ ਕਹਿੰਦਾ ਵੀ ਯਾਰੁਲ ਮੁੱਲੇ ਦੁਬਾਰਾ ਬਣਨੀ ਚਾਹੀਦੀ ਹੈ, ਤੇ ਇੱਧਰ ਮੇਰਾ ਵੀ ਖਿਆਲ ਰੱਖਿਓ, ਔਰ ਬ੍ਰੋ ਹੀਰੋਇਨ ਇੱਥੇ ਹੀ ਬੈਠੀ ਹੈ, ਇਹ ਸਾਥ ਨਿਭਾਣਾ ਸਾਥੀਆਂ ਦੇ ਜਿਹੜੇ ਭਾਜੀ ਹੈਗੇ ਨੇ, ਇਹਨਾਂ ਨੇ ਇਸ ਫਿਲਮ 'ਚ ਜਿਹੜੇ ਸਾਥ ਨਿਭਾਣ ਨਹੀਂ ਦਿੱਤਾ, ਉਮੀਦ ਹੈ ਉੱਥੇ ਕਿਤੇ ਇਹਨਾਂ ਦਾ ਕੋਈ ਸਾਥੀ ਬਣਵਾ ਦਿਓ। ਮੈਂ ਨਾਲੇ ਮੇਰਾ ਕ੍ਰੀਏਟਿਵ ਦੀ ਗੱਲ ਕਰਾਂ, ਐਕਚੁਅਲ ਜੀ ਮੈਨੂੰ ਇਹ ਲੱਗਦਾ ਕਿ ਡਾਇਰੈਕਟਰ ਦਾ ਨਾ 70-80% ਰੋਲ ਹੁੰਦਾ, ਯੈਸ, ਮੂਵੀ 'ਚ, ਵਟ ਆਈ ਫੀਲ, ਯੈਸ, ਕਿਉਂਕਿ ਭਾਅ ਜੀ ਉਹਦੇ ਹੱਥ 'ਚ ਹੀ ਸਾਰਾ ਕੁਛ ਹੁੰਦਾ, ਉਹਨੇ ਕਿਵੇਂ, ਸਿਆਣੇ ਡਾਇਰੈਕਟਰ ਜਿਹੜੇ ਹੁੰਦੇ ਆ ਨਾ, ਉਹ ਐਕਟਰ ਨੂੰ ਸਮਝ ਆਉਂਦੇ ਆ, ਕਿ ਜਿੱਦਾਂ ਮੈਂ ਨਵਾਂ ਸੀਗਾ, ਮੈਨੂੰ ਬਿਲਕੁਲ ਨਹੀਂ ਐਕਟਿੰਗ ਦਾ ਬ੍ਰੋ, ਮੈਨੂੰ ਮਾਰਕਿੰਗਸ ਦਾ ਵੀ ਨਹੀਂ ਸੀ ਪਤਾ ਕਿ ਇੱਥੇ ਖੜਨਾ ਆਉਣ, ਤੇਰੀ ਪੋਜੀਸ਼ਨ ਹੈ ਨਾ, ਉਹ ਅਨੁਰਾਗ ਭਾਅ ਜੀ ਨੇ ਮੈਨੂੰ ਦੱਸਿਆ ਕਿ ਕਿਵੇਂ ਕਰਨਾ, ਉਹਨਾਂ ਨੇ ਮੋਲਡ ਕਰ ਲੈਂਦੇ ਸੀ ਨਾ ਜਿਹੜਾ ਮੈਨੂੰ ਕੱਚੇ ਬੰਦੇ ਨੂੰ, ਹਾਂਜੀ ਹਾਂਜੀ, ਉਸ ਹਿਸਾਬ ਨਾਲ ਉਹਨਾਂ, ਮੈਨੂੰ ਤਾਂ ਲੱਗਦਾ ਕਿ ਯਾਰ ਤੁਹਾਡਾ ਤਾਂ ਉੱਥੇ, ਉਹ ਤਾਂ ਇੰਨੀ ਤਾਰੀਫ ਕਰਤੀ ਮੈਂ, ਤੁਹਾਡੇ ਤਾਂ ਉੱਥੇ ਸ਼ੁਰੂਆਤ ਹੋਈ ਸੀਗੀ ਯਾਰ, ਮੇਰੇ ਖਿਆਲ ਤੋਂ ਉਹ ਟਾਈਮ ਪੀਰੀਅਡ ਤਾਂ ਕਦੀ ਭੁੱਲਿਆ ਹੀ ਨਹੀਂ ਜਾ ਸਕਦਾ, ਜਿਵੇਂ ਮੈਂ ਤੁਹਾਡਾ ਅਤੇ ਤੁਹਾਡਾ ਟਾਈਮ ਪੀਰੀਅਡ ਇਸ ਟਾਈਮ ਯੂ ਨੋ ਫੀਲ ਕਰ ਪਾ ਰਿਹਾ ਨਾ, ਐਂਡ ਤੁਹਾਡੀ ਉਹ ਐਕਸਾਈਟਮੈਂਟ ਤੁਹਾਡੇ ਪ੍ਰੋਜੈਕਟ ਨੂੰ ਲੈ ਕੇ, ਮੈਨੂੰ ਤਾਂ ਲੱਗਦਾ ਕਿ ਉਹ ਤੁਹਾਡੇ ਚਿਹਰੇ 'ਤੇ ਆਈ ਹੋਪ ਐਂਡ ਆਈ ਪ੍ਰੇ ਕਿ ਹਮੇਸ਼ਾ ਸਦਾ ਬਹਾਰ ਬਣੀ ਰਹੇ, ਐਂਡ ਇਨਫੈਕਟ ਤੁਹਾਡੀ ਇਹ ਫਿਲਮ ਥੋੜੀ ਜ਼ਿੰਦਗੀ ਦਾ ਐਸਾ ਪਾਰਟ ਬਣੇ ਜਿੱਥੇ ਤੁਸੀਂ ਕਹਿ ਸਕੋ ਕਿ ਹਾਂ ਪ੍ਰਾਊਡਲੀ ਸਾਡੀ ਫਿਲਮ ਸੀਗੀ ਮੁੰਡਾ ਰੌਕ ਸਟਾਰ। ਨਹੀਂ ਨਹੀਂ ਯਾਰ, ਇਹ ਸੁਪਰ ਡੂਪਰ ਹਿੱਟ ਫਿਲਮ ਹੈ, ਇਹ ਤੇ ਹੈ ਹੀ ਬਹੁਤ ਕੈਨ ਫਿਲਮ, ਤੇ ਹਮੇਸ਼ਾ ਹੀ ਯਾਦ ਰਹੂਗੀ, ਤੇ ਤੁਹਾਡੇ ਸਾਰਿਆਂ ਨੂੰ ਬਹੁਤ ਯਾਦ, ਸਾਡੇ ਵੱਲੋਂ ਕੈਂਟ ਸੀਗੀ, ਇਹਨਾਂ ਵੱਲੋਂ ਕੈਂਟ ਫਿਲਮ ਸੀਗੀ। ਔਰ ਇੱਕ ਗੱਲ ਹੋਰ ਦੱਸੀ ਮੈਂ ਅਦਿੱਤੀ ਬਾਰੇ, ਮੁੰਡਿਓ ਕੁੜੀਓ, ਕੁੜੀਓ ਮੁੰਡਿਓ, ਹਸਬੈਂਡ ਵਾਈਫਸ, ਵਾਈਫਸ ਹਸਬੈਂਡ, ਇਹ ਐਡਵੋਕੇਟ ਵੀ ਆ, ਲਾਇਰ ਵੀ ਆ, ਸੋ ਕਦੀ ਵੀ ਲੋੜ ਪਵੇ ਕਿਸੇ ਨੂੰ ਵੀ ਆਪਣਾ ਕੇਸ ਲੜਨ ਲਈ, ਯਾਰ ਇੱਕ ਵਕੀਲ ਹੈਗਾ ਆਪਣਾ, ਵੇਲੇ ਵਕੀਲ ਆਪਣਾ ਜਾਣਕਾਰ ਬਹੁਤ ਪਹਿਲੀ ਵਾਰੀ ਵੇਲੇ ਭਾਈ, ਇਹ ਤੁਸੀਂ ਗੱਲ ਕੈਮਰੇ ਨੂੰ ਮਾਰ ਕੇ ਨਹੀਂ, ਗੱਲ ਠੀਕ ਸੀਗੀ, ਵਕੀਲ ਹੈਗਾ ਵੇਲੇ ਹੀ ਹੈ, ਉਹ ਲੋੜ ਪੈਂਦੀ ਰਹਿੰਦੀ ਹੈ। ਓ ਮਾਈ ਗੋਡ, ਓ ਮਾਈ ਗੋਡ, ਯਾਰ ਆਪਾਂ ਤੰਗ ਕਰ ਰਹੇ ਹਾਂ, ਨਹੀਂ ਨਹੀਂ, ਵਕੀਲ ਵੇਲੇ ਆਪਣਾ ਬਹੁਤ ਬਿਜ਼ੀ ਹੈ, ਕੇ ਵਕੀਲ ਇੰਨਾ ਕੁ ਬਿਜ਼ੀ ਹੋਵੇ ਕਿ ਇਹਨੂੰ ਵਕਾਲਤ ਦੀ ਲੋੜ ਹੀ ਨਾ ਪਵੇ। ਨਹੀਂ ਨਹੀਂ ਯਾਰ,
ਐਕਟਰ ਐਕਟਰ ਬਹੁਤ ਬਿਜ਼ੀ ਹੈ ਵਕੀਲ ਮਿਲਣਾ ਅੱਛਾ ਇਹ 2000 ਹੋਰ ਆ ਗਏ ਨਾ ਮੇਰਾ ਘਰ ਕਮਾਇਆ ਕੀ ਚਾਹਦੀ ਹੈ ਇੱਧਰ ਇੱਧਰ ਦੇ ਵਕੀਲ ਆ ਗਏ ਨਾ ਹੁਣ ਕੀ ਕਵੇ ਹਾਂ ਹਾਂ ਮੈਂ ਲੜਨ ਨੂੰ ਤਿਆਰ ਹਾਂ ਜਾਣ ਕੇ ਉੱਥੇ ਜਾਣੇ ਸਿਰ ਪਾੜ ਦੇਣਾ ਕਿਸੇ ਦਾ ਵੈਰੀ ਬੈਸਟ ਫੋਰ ਯੋਰ ਫਿਲਮ ਐਂਡ ਫੋਰ ਯੋਰ ਡੈਬਿਊ ਬਾਈ Thank you so much. Thank you guys. Thank you.